ਸਤਿ ਸ਼੍ਰੀ ਅਕਾਲ ਜੀ। ਜਸ ਪੰਜਾਬੀ ਤੇ ਪੰਜਾਬ ਬੋਲਦਾ ਵੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ। ਮੈਂ ਹਾਂ ਕੁਲਵਿੰਦਰ ਸਿੰਘ ਤੇ ਪੰਜਾਬ ਬੋਲਦਾ ਦੇ ਵਿੱਚ ਅੱਜ ਅਸੀਂ ਜਿਸ ਮਸਲੇ ਤੇ ਗੱਲਬਾਤ ਕਰਨ ਜਾ ਰਹੇ ਹਾਂ ਉਹ ਮਸਲਾ ਭਾਸ਼ਾ ਦੇ ਨਾਲ ਜੁੜਿਆ ਹੋਇਆ ਹੈ, ਮਾਂ ਬੋਲੀ ਦੇ ਨਾਲ ਜੁੜਿਆ ਹੋਇਆ ਹੈ। ਦਰਅਸਲ ਦੇਸ਼ ਦੇ ਗ੍ਰਹਿ ਮੰਤਰੀ ਨੇ ਬੀਤੇ ਦਿਨੀ ਹਿੰਦੀ ਦਿਵਸ ਦੇ ਮੌਕੇ ਇੱਕ ਬਿਆਨ ਦਿੱਤਾ ਸੀ ਕਿ ਪੂਰੇ ਦੇਸ਼ ਨੂੰ ਇੱਕਮੁੱਠ ਕਰਨ ਦੇ ਲਈ ਇੱਕ ਭਾਸ਼ਾ ਦੀ ਲੋੜ ਹੈ ਤੇ ਉਹ ਭਾਸ਼ਾ ਜਿਹੜੀ ਹੈ ਉਹ ਹਿੰਦੀ ਭਾਸ਼ਾ ਹੋ ਸਕਦੀ ਹੈ ਜੋ ਪੂਰੇ ਦੇਸ਼ ਨੂੰ ਇੱਕਮੁੱਠ ਰੱਖ ਸਕਦੀ ਹੈ। ਇਸ ਤੋਂ ਇਲਾਵਾ ਭਾਸ਼ਾ ਨੂੰ ਲੈ ਕੇ ਇੱਕ ਹੋਰ ਵੱਡਾ ਘਟਨਾਕ੍ਰਮ ਜਿਹੜਾ ਸੀ ਉਹ ਹਿੰਦੀ ਦਿਵਸ ਦੇ ਮੌਕੇ ਤੇ ਹੀ ਪਟਿਆਲਾ ਦੇ ਵਿੱਚ ਵਾਪਰਿਆ, ਜਦੋਂ ਉੱਥੇ ਪ੍ਰੋਗਰਾਮ ਦੇ ਵਿੱਚ ਇਹ ਕਿਹਾ ਗਿਆ ਇੱਕ ਪੰਜਾਬੀ ਸਾਹਿਤਕਾਰ ਨੂੰ ਜੋ ਸਟੇਜ ਤੇ ਮੌਜੂਦ ਸੀ ਕਿ ਪੰਜਾਬੀ ਜਿਹੜੀ ਹੈ ਉਹ ਗਵਾਰਾਂ ਦੀ ਭਾਸ਼ਾ ਹੈ, ਲੜਾਈ ਦੀ ਭਾਸ਼ਾ ਹੈ। ਇਕੱਠੇ ਤੌਰ ਤੇ ਸ਼ਬਦ ਵਰਤੇ ਗਏ। ਭਾਸ਼ਾ ਨੂੰ ਲੈ ਕੇ ਮੌਜੂਦਾ ਵੇਲੇ ਕਈ ਤਰ੍ਹਾਂ ਦੀਆਂ ਬਿਆਨਬਾਜ਼ੀਆਂ ਸਾਹਮਣੇ ਆ ਰਹੀਆਂ ਨੇ। ਗ੍ਰਹਿ ਮੰਤਰੀ ਦਾ ਬਿਆਨ ਉੱਥੇ ਹੀ, ਜੋ ਭਾਸ਼ਾਵਾਂ ਵੱਖ-ਵੱਖ ਲੋਕ ਬੋਲਦੇ ਨੇ ਉਹਨਾਂ ਦਾ ਇਸ ਬਿਆਨ ਨੂੰ ਲੈ ਕੇ ਕੀ ਕੁਝ ਕਹਿਣਾ ਹੈ, ਕੀ ਉਹ ਗ੍ਰਹਿ ਮੰਤਰੀ ਦੇ ਬਿਆਨ ਦੇ ਨਾਲ ਸਹਿਮਤ ਨੇ, ਅਤੇ ਪੰਜਾਬੀ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਪੰਜਾਬ ਦੇ ਵਿੱਚ ਆਪਣੇ ਖੇਤਰ ਦੇ ਵਿੱਚ ਪੰਜਾਬੀ ਦੀ ਕੀ ਕੁਝ ਸਥਿਤੀ ਹੈ ਉਹ ਵੀ ਅੱਜ ਜਾਣਨ ਦੀ ਕੋਸ਼ਿਸ਼ ਕਰਾਂਗੇ। ਨੌਜਵਾਨਾਂ ਦੇ ਨਾਲ ਗੱਲਬਾਤ ਕਰਾਂਗੇ ਕਿ ਉਹ ਗ੍ਰਹਿ ਮੰਤਰੀ ਦੇ ਬਿਆਨ ਬਾਰੇ ਕੀ ਸੋਚਦੇ ਨੇ ਅਤੇ ਆਪਣੀ ਮਾਂ ਬੋਲੀ ਬਾਰੇ ਕੀ ਸੋਚਦੇ ਨੇ। ਅਤੇ ਇਸ ਵੇਲੇ ਸਾਡੇ ਨਾਲ ਕੁਝ ਨੌਜਵਾਨ ਮੌਜੂਦ ਨੇ, ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਕਿ ਆਖਿਰ ਜੋ ਦੇਸ਼ ਦੇ ਗ੍ਰਹਿ ਮੰਤਰੀ ਨੇ ਬਿਆਨ ਦਿੱਤਾ ਹੈ ਅਤੇ ਉਸ ਤੋਂ ਬਾਅਦ ਪੰਜਾਬੀ ਭਾਸ਼ਾ ਨੂੰ ਲੈ ਕੇ ਕੀ ਕੁਝ ਸਥਿਤੀ ਪੰਜਾਬ ਦੇ ਵਿੱਚ ਹੈਗੀ ਹੈ, ਕੀ ਨਾਮ ਹੈ ਤੁਹਾਡਾ? ਕਾਰਤਿਕ। ਕਾਰਤਿਕ, ਅਮਿਤ ਸ਼ਾਹ ਨੇ ਕਿਹਾ ਸੀ ਕਿ ਗ੍ਰਹਿ ਮੰਤਰੀ ਨੇ, ਉਹ ਕਹਿੰਦੇ ਨੇ ਕਿ ਪੂਰੇ ਦੇਸ਼ ਦੇ ਵਿੱਚ ਇੱਕ ਭਾਸ਼ਾ ਹੋਣੀ ਚਾਹੀਦੀ ਹੈ ਅਤੇ ਹਿੰਦੀ ਇੱਕ ਅਜਿਹੀ ਭਾਸ਼ਾ ਹੈ ਜਿਹੜੀ ਪੂਰੇ ਦੇਸ਼ ਨੂੰ ਇੱਕਮੁੱਠ ਰੱਖ ਸਕਦੀ ਹੈ। ਕੀ ਤੁਸੀਂ ਉਹਨਾਂ ਦੇ ਬਿਆਨ ਨਾਲ ਸਹਿਮਤ ਹੋ? ਤੁਹਾਨੂੰ ਲੱਗਦਾ ਹੈ ਕਿ ਇੱਕ ਭਾਸ਼ਾ ਹੋਣੀ ਚਾਹੀਦੀ ਪੂਰੇ ਦੇਸ਼ 'ਚ? ਸਹਿਮਤ ਦੀ ਗੱਲ ਨਹੀਂ ਜੀ, ਇਹ ਤਾਂ ਬੰਦੇ ਬੰਦੇ 'ਤੇ ਡਿਪੈਂਡ ਕਰਦਾ, ਹਰ ਬੰਦੇ ਨੂੰ ਹੱਕ ਹੈ ਆਪਦੀ ਭਾਸ਼ਾ ਚੂਜ਼ ਕਰਨ ਦਾ। ਜਿੱਥੇ ਹੁਣ ਅਸੀਂ ਪੰਜਾਬ 'ਚ ਜੰਮੇ ਪਲੇ ਹਾਂ, ਸਾਡੀ ਪਹਿਲੀ ਸਾਡੀ ਮਾਂ ਬੋਲੀ ਪੰਜਾਬੀ ਹੈ, ਅਸੀਂ ਘਰ ਵੀ ਮਾਂ ਬੋਲੀ 'ਚ ਹੀ ਗੱਲ ਕਰਦੇ ਹਾਂ, ਬਾਹਰ ਵੀ। ਅਤੇ ਜੇ ਹੁਣ ਤੁਸੀਂ ਕਿਸੇ ਨੂੰ ਜ਼ਬਰਦਸਤੀ ਕਹੋਗੇ ਵੀ ਤੂੰ ਹਿੰਦੀ 'ਚ ਹੀ ਗੱਲ ਕਰ ਜਾਂ ਹਿੰਦੀ 'ਚ ਹੀ ਕੰਮ ਕਰ, ਕਈ ਲੋਕਾਂ ਨੂੰ ਤਾਂ ਪਿੰਡਾਂ ਵਾਲਿਆਂ ਨੂੰ ਹਿੰਦੀ ਲਿਖਣੀ ਹੀ ਨਹੀਂ ਆਉਂਦੀ, ਉਹਨਾਂ ਵਾਸਤੇ ਫਿਰ ਬਹੁਤ ਔਖਾ ਹੋ ਜੂਗਾ। ਇਸ ਕਰਕੇ ਹਰ ਇੰਡੀਵਿਜੂਅਲ ਨੂੰ ਹੱਕ ਹੈ ਆਪਦੀ ਭਾਸ਼ਾ ਚੂਜ਼ ਕਰਨ ਦਾ, ਚਾਹੇ ਉਹ ਇੰਗਲਿਸ਼ ਚੂਜ਼ ਕਰੇ, ਹਿੰਦੀ ਕਰੇ, ਪੰਜਾਬੀ ਕਰੇ। ਤੁਹਾਨੂੰ ਕੀ ਲੱਗਦਾ, ਮੌਜੂਦਾ ਵੇਲੇ ਇੱਕ ਗੱਲ ਹੁੰਦੀ ਹੈ ਕਿ ਪੰਜਾਬ ਦੇ ਜਿਹੜੇ ਪੰਜਾਬੀ ਨੌਜਵਾਨ ਹੈ ਉਹ ਪੰਜਾਬੀ ਤੋਂ ਦੂਰ ਹੋ ਰਿਹਾ, ਹੌਲੀ ਹੌਲੀ ਹੋਰ ਭਾਸ਼ਾਵਾਂ ਦੇ ਵੱਲ ਜਾ ਰਿਹਾ, ਕਿੰਨੇ ਸੈਂਟਰ ਆਈਲੈਟਸ ਦੇ ਖੁੱਲ੍ਹ ਗਏ ਨੇ ਅਤੇ ਅੰਗਰੇਜ਼ੀ ਸਿੱਖ ਸਿੱਖ ਕੇ ਬਾਹਰ ਜਾ ਰਿਹਾ। ਪੰਜਾਬ ਦੇ ਵਿੱਚ ਤੁਹਾਨੂੰ ਲੱਗਦਾ ਹੈ ਕਿ ਪੰਜਾਬੀ ਦੀ ਜਿਹੜੀ ਹਾਲਤ ਹੈ ਉਹ ਥੱਲੇ ਜਾ ਰਹੀ, ਉਹਦੇ 'ਚ ਨਿਘਾਰ ਆ ਰਿਹਾ? ਥੱਲੇ ਤਾਂ ਨਹੀਂ ਭਾਜੀ ਤੁਸੀਂ ਕਹਿ ਸਕਦੇ। ਦੇਖੋ ਜਿਹੜੀ ਮਾਂ ਬੋਲੀ ਹੁੰਦੀ ਆ ਉਹਨੂੰ ਕਦੇ ਭੁੱਲ ਨਹੀਂ ਸਕਦਾ। ਆਪਾਂ ਇੱਦਾਂ ਹੈ ਕਿ ਅਸੀਂ ਇੱਕ ਜਿਹੜਾ ਸੈਂਟੈਂਸ ਬੋਲਦੇ ਸੀ ਪ੍ਰੋਪਰ ਪੰਜਾਬੀ 'ਚ, ਉਹਦੇ ਵਿੱਚ ਅਸੀਂ ਬਰੋ ਇੰਗਲਿਸ਼ ਦੇ ਵਰਡ ਯੂਜ਼ ਕਰਨ ਲੱਗ ਗਏ, ਹਿੰਦੀ ਵਿੱਚ ਪਾਤੀ। ਤੁਸੀਂ ਐਂ ਕਹਿ ਸਕਦੇ ਹੋ ਵੀ ਉੱਧਰ ਨੂੰ ਵੱਧ ਰਹੇ ਹਾਂ ਅਸੀਂ, ਵੈਸਟਰਨ ਗਨੀ ਨੂੰ। ਬਸ ਤੁਸੀਂ ਐਂ ਨਹੀਂ ਕਹਿ ਸਕਦੇ ਪੰਜਾਬੀ ਖਤਮ ਹੋ ਰਹੀ ਹੈ। ਪੰਜਾਬੀ ਤਾਂ ਹੁਣ ਜਿਹੜਾ ਪੰਜਾਬੀ ਨੇ ਉਹ ਤੱਕ ਪੰਜਾਬੀ ਰਹੇਗੀ। ਤੁਹਾਡਾ ਕੀ ਨਾਮ ਜੀ? ਸੁਖਬੀਰ ਸਿੰਘ। ਸੁਖਬੀਰ, ਕੀ ਲੱਗਦਾ ਹੈ ਅਮਿਤ ਸ਼ਾਹ ਦੇ ਬਿਆਨ ਨਾਲ, ਤੁਸੀਂ ਸਹਿਮਤ ਹੋ ਕਿ ਪੂਰੇ ਦੇਸ਼ ਦੀ ਇੱਕ ਭਾਸ਼ਾ ਹੋਣੀ ਚਾਹੀਦੀ ਹੈ? ਨਹੀਂ ਸਰ, ਇੱਦਾਂ ਤਾਂ ਗੱਲ ਨਹੀਂ ਹੈ ਵੀ ਜਿਹੜੀ ਆਪਣੀ ਮਾਂ ਬੋਲੀ ਪੰਜਾਬੀ ਹੈ ਪੰਜਾਬ ਦੇ ਵਿੱਚ ਇਹਨੂੰ ਲਾਗੂ ਕਰਾਂਗੇ। ਚਲੋ ਅਸੀਂ ਐਂ ਹੋ ਸਕਦਾ ਵੀ ਜਿਹੜੇ ਪੜ੍ਹੇ ਲਿਖੇ ਲੋਕ ਨੇ, ਐਜੂਕੇਟਡ ਪੀਪਲ ਨੇ, ਉਹ ਇਸ ਚੀਜ਼ ਨਾਲ ਸਹਿਮਤ ਹੋਣਗੇ ਵੀ ਚਲੋ ਕਰ ਦਿੰਦੇ ਹਾਂ, ਬਟ ਜਿਹੜੇ ਅਨਐਜੂਕੇਟਡ ਪੀਪਲ ਨੇ ਉਹਨਾਂ ਨੂੰ ਕੁਛ ਜਿਵੇਂ ਕੋਈ ਆਫਿਸ 'ਚ ਜਾਂਦੇ ਨੇ, ਦਫ਼ਤਰ ਕਾਰਵਾਈ ਕਰਨ ਜਾਂਦੇ ਨੇ, ਜਿਵੇਂ ਕਿ ਆਪਣੇ ਨਿੱਜੀ ਫੈਸਲੇ ਹੁੰਦੇ ਨੇ ਕੁਝ, ਉਹਨਾਂ ਵਿੱਚ ਉਹਨਾਂ ਨੂੰ ਪ੍ਰੋਬਲਮ ਆਏਗੀ ਅਤੇ ਉਹਨਾਂ ਨੂੰ ਲਿਖਣ 'ਚ ਤਾਂ ਪ੍ਰੋਬਲਮ ਆਏਗੀ ਕਿ ਬਲਕਿ ਸਮਝਣ 'ਚ ਕੁਛ ਇੱਦਾਂ ਸ਼ਬਦ ਹੁੰਦੇ ਨੇ ਜੋ ਉਹ ਹਿੰਦੀ ਦੇ ਵਿੱਚ ਨਹੀਂ ਸਮਝ ਸਕਦੇ। ਪੰਜਾਬੀ, ਤੁਹਾਨੂੰ ਲੱਗਦਾ ਵੀ ਪੰਜਾਬੀ ਦਾ ਜਿਵੇਂ ਅਸੀਂ ਗੱਲ ਕਰਦੇ ਹਾਂ ਕਿ ਬਹੁਤ ਸਾਰੇ ਸ਼ਬਦ ਪੰਜਾਬੀ ਦੇ ਵਿੱਚ ਦਾਖਲ ਹੋ ਗਏ ਨੇ ਅੰਗਰੇਜ਼ੀ ਦੇ, ਹਿੰਦੀ ਦੇ, ਅਤੇ ਪੰਜਾਬੀ ਜਿਹੜੀ ਬੋਲੀ ਹੈ ਉਹਨੂੰ ਬੋਲਣ ਤੋਂ ਹੁਣ ਜਿਹੜੇ ਨੌਜਵਾਨ ਨੇ ਉਹ ਕਤਰਾ ਰਹੇ ਨੇ, ਉਹ ਹੋਰ ਭਾਸ਼ਾਵਾਂ ਅਪਣਾ ਰਹੇ ਨੇ। ਤੁਹਾਨੂੰ ਲੱਗਦਾ ਕਿ ਪੰਜਾਬੀ ਜਿਹੜੀ ਹੈ ਉਹ 'ਚ ਨਿਘਾਰ ਆ ਰਿਹਾ? ਪੰਜਾਬੀ 'ਚ ਸਰ ਇੱਦਾਂ ਗੱਲ ਹੈ ਵੀ ਜਿਹੜੇ ਅੱਜ ਕੱਲ੍ਹ ਦੇ ਜਨਰੇਸ਼ਨ ਹੈਗੀ ਹੈ ਉਹ ਥੋੜ੍ਹੀ ਇਸ ਚੀਜ਼ ਨੂੰ ਅਡੋਪਟ ਕਰ ਰਹੀ ਹੈ, ਉਹ ਬਲਕਿ ਅੱਜ ਕੱਲ੍ਹ ਦਾ ਜਿਹੜਾ ਆਪਣਾ ਜੋ ਅੱਜ ਕੱਲ੍ਹ ਦਾ ਅਨਐਜੂਕੇਟਡ ਪੀਪਲ ਵੀ ਹੈਗਾ ਉਹ ਵੀ ਕੁਛ ਨਾ ਕੁਛ ਪੰਜਾਬੀ ਦੇ ਵਿੱਚ ਥੋੜ੍ਹਾ ਮਾੜਾ ਮੋਟਾ ਵੀ 10% ਉਹ ਵੀ ਇੰਗਲਿਸ਼ ਦੇ ਵਰਡ ਯੂਜ਼ ਕਰਦਾ ਆ, ਹੈ ਨਾ। ਅਤੇ ਮੇਨ ਡਿਪੈਂਡ ਗੱਲ ਕਰਦੀ ਹੈ ਵੀ ਇਸ ਐਜੂਕੇਸ਼ਨ ਉਹਨਾਂ ਨੂੰ ਸਕੂਲ ਦੇ ਵਿੱਚ ਕਿਵੇਂ ਦਿੱਤੀ ਜਾਂਦੀ ਹੈ ਟੀਚਰਸ ਵੱਲੋਂ। ਅੱਛਾ, ਪਿਛਲੇ ਦਿਨੀ ਪਟਿਆਲੇ 'ਚ ਇੱਕ ਪ੍ਰੋਗਰਾਮ ਹੋਇਆ ਸੀ ਹਿੰਦੀ ਦਿਵਸ ਦੇ ਮੌਕੇ 'ਤੇ, ਉਹਦੇ 'ਤੇ ਕੁਛ ਜਿਹੜੇ ਸਾਹਿਤਕਾਰ ਉੱਥੇ ਪਹੁੰਚੇ ਹੋਏ ਸੀ ਉਹਨਾਂ ਦੀ ਆਪਸ ਵਿੱਚ ਉਲਝ ਗਏ ਕਿਸੇ ਗੱਲ ਨੂੰ ਲੈ ਕੇ, ਅਤੇ ਉੱਥੇ ਇੱਕ ਗੱਲ ਕਹੀ ਗਈ ਕਿ ਜਿਹੜੀ ਹਿੰਦੀ ਹੈ ਉਹ ਗਵਾਰਾਂ ਦੀ ਭਾਸ਼ਾ ਹੈ। ਕਿਸੇ ਉੱਥੇ ਲੇਖਕ ਨੇ ਕਿਹਾ ਸੀ ਕਿ ਗਵਾਰਾਂ ਦੀ ਭਾਸ਼ਾ ਹੈ ਅਤੇ ਲੜਾਈ ਵਾਲੀ ਭਾਸ਼ਾ ਹੈ। ਤੁਹਾਨੂੰ ਲੱਗਦਾ ਹੈ ਕਿ ਪੰਜਾਬ ਕਿਸੇ ਭਾਸ਼ਾ ਲਈ ਇਸ ਤਰੀਕੇ ਦੇ ਸ਼ਬਦ ਵਰਤਣਾ ਸਹੀ ਹੈ? ਨਹੀਂ ਸਰ, ਇੱਦਾਂ ਦੇ ਕਿਸੇ ਵੀ ਭਾਸ਼ਾ ਲਈ ਸ਼ਬਦ ਵਰਤਣੇ ਸਹੀ ਨਹੀਂ ਹੈਗੇ। ਕਿਸੇ ਇੱਕ ਇੰਗਲਿਸ਼ ਦੇ ਸ਼ਾਇਰ ਨੇ ਕਿਹਾ ਕਿ ਜੇ ਕਿਸੇ ਕੌਮ ਨੂੰ ਖਤਮ ਕਰਨਾ ਹੋਵੇ ਤਾਂ ਉਹਨਾਂ ਦੀ ਜਿਹੜੀ ਮੌਜੂਦਾ ਮਾਂ ਬੋਲੀ ਹੈ ਉਹਨੂੰ ਉਹਨਾਂ 'ਤੇ ਖੋ ਲਿਆ ਜਾਵੇ, ਉੱਥੇ ਜਾ ਕੋਈ ਚੀਜ਼ ਹੋਰ ਦੇ ਦਿੱਤੀ ਜਾਵੇ ਉਹਨਾਂ ਨੂੰ। ਠੀਕ ਹੈ, ਕੋਈ ਵੀ ਕੌਮ ਨੂੰ ਤੁਸੀਂ ਖਤਮ ਕਰਨਾ ਤਾਂ ਪਹਿਲਾਂ ਉਹਦੀ ਬੋਲੀ ਖਤਮ ਕਰ ਦਿਓ। ਠੀਕ ਹੈ, ਸਾਡੇ ਨਾਲ ਇੱਕ ਹੋਰ ਨੌਜਵਾਨ ਮੌਜੂਦ ਨੇ, ਕੀ ਨਾਮ ਜੀ ਤੁਹਾਡਾ? ਤਰਨਪ੍ਰੀਤ ਸਿੰਘ। ਤਰਨ, ਕੀ
ਜੇ ਆਪਾਂ ਇੱਕ ਭਾਸ਼ਾ ਕਰ ਦਈਏ, ਹੁਣ ਕਈ ਬੰਦਿਆਂ ਨੂੰ ਪਤਾ ਵੀ ਨਹੀਂ ਵੀ ਹਿੰਦੀ ਵੀ ਕਿਵੇਂ ਬੋਲਦੇ ਹੁੰਦੇ ਆ। ਜੇ ਆਪਾਂ ਕੇਰਲਾ ਵੱਲ ਜਾਂ ਫਿਰ ਹੋਰ ਕਿਤੇ ਤਮਿਲਨਾਡੂ ਵੱਲ ਸਾਈਡ ਜਾਈਏ, ਜਿਹੜੇ ਐਜੂਕੇਟਡ ਨੇ ਉਹਨਾਂ ਨੂੰ ਤਾਂ ਚਲੋ ਪਤਾ ਹੈ, ਜੇ ਅਸੀਂ ਹੋਰਾਂ ਨੂੰ ਹਿੰਦੀ 'ਚ ਵੀ ਗੱਲ ਆਪਾਂ ਕਰਦੇ ਹਾਂ ਤਾਂ ਉਹਨਾਂ ਨੂੰ ਉਹ ਵੀ ਨਹੀਂ ਪਤਾ ਹੁੰਦਾ, ਠੀਕ ਹੈ ਜੀ। ਉਹਨਾਂ ਵਾਸਤੇ ਹਿੰਦੀ ਇੱਕ ਟਾਈਪ ਦੀ ਅਡੋਪਟ ਕਰਨ ਬੜੀ ਉਹ ਹੋਊਗੀ ਐਜੂਕੇਟਡ, ਮਤਲਬ ਕਿਸੇ ਦੀ ਹਰੇਕ ਦੀ ਆਪਣੀ ਵੱਖਰੀ ਭਾਸ਼ਾ ਹੈ। ਜੇ ਤੁਸੀਂ ਇੱਕ ਭਾਸ਼ਾ ਲਾ ਦੋਗੇ ਤਾਂ ਕਿਸੇ 'ਤੇ ਥੋਪਣੀ ਨਹੀਂ ਚਾਹੀਦੀ ਭਾਸ਼ਾ, ਹਰੇਕ ਦੀ ਆਪਣੀ ਭਾਸ਼ਾ, ਇੱਕ ਆਪਣੀ ਭਾਸ਼ਾ ਹੋਣੀ ਉਹ ਹੈ ਕੰਪਲਸਰੀ ਹੈ ਜੀ ਬਈ। ਉਹ 'ਚ ਬੰਦਾ ਵਧੀਆ, ਹੁਣ ਅਸੀਂ ਆਪਾਂ ਕਹਿ ਦਿੰਦੇ ਹਾਂ ਕੋਈ ਬੰਦਾ ਹੁਣ ਨਹੀਂ ਐਜੂਕੇਟਡ ਇੰਨਾ, ਜੇ ਆਪਾਂ ਉਹਨੂੰ ਕਹਿ ਦਈਏ ਵੀ ਤੂੰ ਇੰਗਲਿਸ਼ ਬੋਲ, ਇੰਗਲਿਸ਼ 'ਚ ਸਾਨੂੰ ਸਮਝਾ, ਅਤੇ ਉਹ ਇੰਨਾ ਹੀ ਕੰਫਰਟੇਬਲ ਹੋਊਗਾ ਆਪਣੀ ਪੂਰੀ ਭਾਵਨਾਵਾਂ ਦੱਸਣ ਨੂੰ। ਉਵੇਂ ਹੀ ਸਾਡੇ ਜੀ ਹੁਣ ਸਾਨੂੰ ਕਹਿ ਦੇਣਗੇ ਕਿ ਤੁਸੀਂ ਹਿੰਦੀ ਆਪਣੀ ਅਡੋਪਟ ਕਰ ਲਓ, ਤੁਸੀਂ ਹਿੰਦੀ 'ਚ ਹੀ ਬੋਲਣਾ, ਤਾਂ ਉਹ ਬੰਦੇ ਨੂੰ ਹੁਣ ਜਿਹੜੇ ਬੰਦੇ ਨੂੰ ਪੰਜਾਬੀ 'ਚ ਕੰਫਰਟੇਬਲ ਹੈ ਉਹ ਹਿੰਦੀ 'ਚ ਕਿਵੇਂ ਆਪਣੀ ਭਾਵਨਾਵਾਂ ਨੂੰ ਐਕਸਪ੍ਰੈਸ ਕਰ ਦੂਗਾ ਵੀ ਮੈਨੂੰ ਆਹ ਤਕਲੀਫ ਹੈ, ਮੇਰੀ ਆਹ ਸਮੱਸਿਆਵਾਂ ਨੇ, ਅਤੇ ਉਸਦੇ ਵਾਸਤੇ ਆ ਆਪਾਂ ਕਹਿ ਸਕਦੇ ਹਾਂ ਬਈ ਥੋੜ੍ਹੀ ਦਿੱਕਤ ਵਾਲਾ ਕੰਮ ਹੋ ਸਕਦਾ। ਪੰਜਾਬ 'ਚ ਤੁਹਾਨੂੰ ਲੱਗਦਾ ਵੀ ਪੰਜਾਬੀ ਦੀ ਸਥਿਤੀ ਜਿਹੜੀ ਆ ਉਹ ਚੰਗੀ ਹੈ? ਤੁਸੀਂ ਸਰਕਾਰੀ ਦਫ਼ਤਰਾਂ 'ਚ ਜਾਂਦੇ ਹੋਣੇ ਆ ਕੰਮ ਕਾਜ ਦੇ ਲਈ, ਉੱਥੇ ਕੰਮ ਕਾਜ ਪੰਜਾਬੀ 'ਚ ਹੁੰਦਾ ਹੈ, ਸੌਖ ਰਹਿੰਦੀ ਆ ਉੱਥੇ, ਜਾਂ ਤੁਹਾਨੂੰ ਲੱਗਦਾ ਵੀ ਪੰਜਾਬੀ ਜਿਹੜੀ ਆ ਉਹਨੂੰ ਪੰਜਾਬ 'ਚ ਉਨਾ ਮਾਣ ਸਤਿਕਾਰ ਨਹੀਂ ਮਿਲ ਰਿਹਾ? ਜੇ ਆਪਾਂ ਵੈਸੇ ਜੇ ਦਫ਼ਤਰਾਂ 'ਚ ਗੱਲ ਕਰੀ ਜਾਈਏ ਤਾਂ ਦਫ਼ਤਰਾਂ 'ਚ ਤਾਂ ਮੋਸਟਲੀ ਜੇ ਮੈਂ ਹੁਣ ਦੇਖਿਆ, ਹੁਣ ਆਪਾਂ ਡਰਾਈਵਿੰਗ ਲਾਇਸੈਂਸ ਵੀ ਬਣਾਉਣ ਜਾਂਦੇ ਹਾਂ, ਠੀਕ ਹੈ, ਉੱਥੇ ਟਰੈਕ 'ਤੇ ਤਾਂ ਉੱਥੇ ਆਪਾਂ ਕਹਿ ਸਕਦੇ ਹਾਂ ਕਿ ਪੰਜਾਬੀ ਦੀ ਵਰਤੋਂ ਜ਼ਿਆਦਾ ਹੋ ਰਹੀ ਹੈ, ਅਤੇ ਬਈ ਜਿੰਨੇ ਵੀ ਪੰਜਾਬ ਦੇ ਬਈ ਮੋਸਟਲੀ ਪੰਜਾਬੀ ਆਉਂਦੇ ਹਾਂ ਅਤੇ ਉਹ ਪੰਜਾਬੀ 'ਚ ਕਨਵਰਸੇਸ਼ਨ ਕਰਦੇ ਹਾਂ, ਅਤੇ ਜੇ ਉਹਨਾਂ ਨੂੰ ਕੋਈ ਸਮੱਸਿਆਵਾਂ ਵੀ ਹੈਗੀਆਂ ਤਾਂ ਉਹ ਸਮਝਾਉਂਦੇ ਹਾਂ ਵੀ ਹਾਂ ਸਾਨੂੰ ਬਈ ਉਹ, ਜੇ ਹੁਣ ਆਪਾਂ ਐਵੇਂ ਕਰੀ ਜਾਈਏ ਬਈ ਕੋਈ ਇੰਗਲਿਸ਼ ਦਾ ਜਾਂ ਫਿਰ ਕੋਈ ਬਾਹਰਲੀ ਸਟੇਟ ਦਾ ਬੰਦਾ ਆ ਕੇ ਉੱਥੇ ਹੋਰ ਲੈਂਗੁਏਜ 'ਤੇ ਕਰੂਗਾ ਜਾਂ ਉਹ ਇੰਨਾ ਸਮਝ ਨਹੀਂ ਪਾਉਂਦੇ, ਤਾਂ ਆਪਾਂ ਕਹਿੰਦੇ ਹਾਂ ਵੀ ਜਿਹੜੇ ਉਹ ਉੱਥੇ ਦੇ ਰੂਲ ਐਂਡ ਰੈਗੂਲੇਸ਼ਨ ਨੇ ਉਹ ਵੀ ਪੰਜਾਬੀ 'ਚ ਹੀ, ਫਾਰਮ ਫੂਰਮ ਵੀ ਜਿਹੜੇ ਸਾਨੂੰ ਦਿੰਦੇ ਆ ਉਹ ਪੰਜਾਬੀ 'ਚ ਹੀ ਦਿੰਦੇ ਹੁੰਦੇ। ਹਾਂਜੀ, ਅਤੇ ਹੋਰ ਨੌਜਵਾਨ ਸਾਡੇ ਨਾਲ ਲਗਾਤਾਰ ਜੁੜੇ ਹੋਏ, ਇਹਨਾਂ ਨਾਲ ਗੱਲਬਾਤ ਕਰਦੇ ਹਾਂ, ਕੀ ਨਾਮ ਹੈ ਤੁਹਾਡਾ? ਵਿਜੇ ਕੁਮਾਰ ਮੇਰਾ ਨਾਮ। ਅੱਛਾ ਵਿਜੇ, ਦੇਸ਼ ਦੇ ਗ੍ਰਹਿ ਮੰਤਰੀ ਨੇ ਕਿਹਾ ਕਿ ਪੂਰੇ ਦੇਸ਼ ਦੀ ਇੱਕ ਭਾਸ਼ਾ ਹੋਣੀ ਚਾਹੀਦੀ ਹੈ, ਅਤੇ ਉਹ ਕਹਿੰਦੇ ਵੀ ਹਿੰਦੀ ਜਿਹੜੀ ਹੈ ਉਹ ਭਾਸ਼ਾ ਦੀ ਥਾਂ ਲੈ ਸਕਦੀ ਹੈ, ਪੂਰੇ ਦੇਸ਼ ਦੀ ਇੱਕ ਭਾਸ਼ਾ ਬਣ ਸਕਦੀ ਹੈ, ਤੁਸੀਂ ਸਹਿਮਤ ਹੋ? ਜੇ ਸਹਿਮਤ ਹੋ ਤਾਂ ਕਿਉਂ, ਜੇ ਨਹੀਂ ਸਹਿਮਤ ਤਾਂ ਫਿਰ ਸਹਿਮਤ ਕਿਉਂ ਨਹੀਂ? ਮੈਨੂੰ ਲੱਗਦਾ ਹੈ ਕਿ ਜਿਹੜੇ ਦੇਸ਼ ਦੇ ਗ੍ਰਹਿ ਮੰਤਰੀ ਨੇ ਉਹਨਾਂ ਨੂੰ ਦੇਸ਼ ਦਾ ਸੰਵਿਧਾਨ ਪੜ੍ਹਨਾ ਚਾਹੀਦਾ, ਜਿਸ ਸੰਵਿਧਾਨ ਦੇ ਵਿੱਚ 22 ਭਾਸ਼ਾਵਾਂ ਲਿਖੀਆਂ ਹੋਈਆਂ ਨੇ, ਜਿਸ ਦੇਸ਼ ਦੇ ਸੰਵਿਧਾਨ 'ਚ 22 ਭਾਸ਼ਾਵਾਂ ਲਿਖੀਆਂ ਨੇ ਉਸ ਦੇ ਵਿੱਚ ਇੱਕ ਫੈਡਰਲਿਜ਼ਮ ਨਾਮ ਦਾ ਵੀ ਸ਼ਬਦ ਹੈਗਾ। ਫੈਡਰਲ ਹੋਣ ਦਾ ਮਤਲਬ ਇਹ ਵੀ ਜਿਹੜੇ ਲੋਕ ਵੱਖੋ ਵੱਖਰੀਆਂ ਕਮਿਊਨਿਟੀਆਂ ਨੇ ਜਾਂ ਵੱਖੋ ਵੱਖਰੀਆਂ ਭਾਸ਼ਾਵਾਂ ਦੇ ਲੋਕ ਨੇ ਉਹ ਇੱਕ ਦੇਸ਼ ਦੇ ਵਿੱਚ ਰਹਿੰਦੇ ਨੇ, ਇਹਦਾ ਮਤਲਬ ਹੈ, ਮੈਂ ਉਹਨੂੰ ਦੱਸਣਾ ਚਾਹੁੰਦਾ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ। ਦੂਜਾ ਮਸਲਾ ਹੈ ਵੀ ਦੇਸ਼ ਦੇ ਵਿੱਚ ਇੱਕੋ ਭਾਸ਼ਾ ਹੋਊਗੀ ਇਹ ਸੰਵਿਧਾਨ 'ਚ ਵੀ ਕਿਤੇ ਨਹੀਂ ਲਿਖਿਆ, ਅਤੇ ਦੇਸ਼ ਦੀ ਕੋਈ ਰਾਸ਼ਟਰੀ ਭਾਸ਼ਾ ਹੈ ਇਹ ਵੀ ਸੰਵਿਧਾਨ 'ਚ ਕਿਤੇ ਨਹੀਂ ਲਿਖਿਆ, ਹਿੰਦੀ ਦੇਸ਼ ਦੀ ਰਾਸ਼ਟਰੀ ਭਾਸ਼ਾ ਨਹੀਂ ਹੈ। ਭਾਸ਼ਾਵਾਂ ਸਿੱਖਣੀਆਂ ਚਾਹੀਦੀਆਂ ਨੇ, ਸਾਰੇ ਦੇਸ਼ ਦੇ ਲੋਕਾਂ ਨੂੰ ਸਿੱਖਣੀਆਂ ਚਾਹੀਦੀਆਂ ਨੇ, ਅਤੇ ਸਾਰੀਆਂ ਭਾਸ਼ਾਵਾਂ ਸਿੱਖਣੀਆਂ ਚਾਹੀਦੀਆਂ ਨੇ, ਉਹ ਚਾਹੇ ਜਰਮਨ ਹੋਵੇ, ਫਾਰਸੀ ਹੋਵੇ, ਇਟਾਲੀਅਨ ਹੋਵੇ, ਪੰਜਾਬੀ ਹੋਵੇ, ਹਿੰਦੀ ਹੋਵੇ, ਉਰਦੂ ਹੋਵੇ, ਜੋ ਵੀ ਭਾਸ਼ਾ ਉਹ ਸਿੱਖਣੀ ਚਾਹੀਦੀ ਹੈ। ਪਰ ਜਿਹੜੀ ਪਹਿਲ ਦਾ ਜਿਹੜਾ ਆਧਾਰ ਹੈ ਉਹ ਉਸ ਰਾਜ ਦੇ ਲੋਕਾਂ ਦੀ ਜਿਹੜੀ ਆਪਦੀ ਮਾਂ ਬੋਲੀ ਹੈ ਉਹ ਹੋਣੀ ਚਾਹੀਦੀ ਹੈ। ਇਸ ਕਰਕੇ ਮੈਂ ਗ੍ਰਹਿ ਮੰਤਰੀ ਨਾਲ ਬਿਲਕੁਲ ਸਹਿਮਤ ਨਹੀਂ ਹਾਂ, ਕਿਉਂਕਿ ਮੈਂ ਦੇਸ਼ ਦੇ ਸੰਵਿਧਾਨ ਨੂੰ ਮੰਨਦਾ, ਹੋ ਸਕਦਾ ਉਹ ਨਹੀਂ ਮੰਨਦੇ ਹੋਣਗੇ। ਮੈਂ 22 ਭਾਸ਼ਾਵਾਂ ਦੇ ਵਿੱਚ ਵਿਸ਼ਵਾਸ ਰੱਖਦਾ, ਜਿਹਦੇ ਵਿੱਚੋਂ ਪਹਿਲ ਦਾ ਆਧਾਰ ਮੈਂ ਆਪਣੀ ਮਾਂ ਬੋਲੀ ਪੰਜਾਬੀ ਨੂੰ ਦਿੰਦਾ। ਇੱਕ ਹੁਣ ਪੰਜਾਬੀ ਲਈ ਅਸੀਂ ਗੱਲ ਕਰਨਾ ਚਾਹਾਂਗੇ ਕਿ ਪੰਜਾਬੀ ਜਿਹੜੀ ਹੈ ਉਹਨੂੰ ਲੈ ਕੇ ਬੜੀਆਂ ਗੱਲਾਂ ਨੇ ਕਿ ਉਹ ਆਪਣੇ ਹੀ ਖੇਤਰ ਦੇ ਵਿੱਚ, ਆਪਣੇ ਹੀ ਇਲਾਕੇ ਦੇ ਵਿੱਚ ਉਹ ਮਾਣ ਸਤਿਕਾਰ ਹਾਸਲ ਨਹੀਂ ਕਰ ਪਾ ਰਹੀ, ਕੀ ਤੁਸੀਂ ਇਸ ਗੱਲ ਨਾਲ ਸਹਿਮਤ ਹੋ? ਅਤੇ ਜੇਕਰ ਇਹ ਸਥਿਤੀ ਪੰਜਾਬੀ ਲਈ ਹੈ ਤਾਂ ਉਹ ਕਿਉਂ ਹੈ? ਮੈਂ ਮੰਨਦਾ, ਮੈਂ ਪੰਜਾਬੀ ਲਿਟਰੇਚਰ ਦਾ ਸਟੂਡੈਂਟ ਹਾਂ, ਵਿਦਿਆਰਥੀ ਹਾਂ, ਮੈਂ ਪੜ੍ਹਦਾ ਪੰਜਾਬੀ ਦੇ ਵਿੱਚ, ਤਾਂ ਮੈਨੂੰ ਲੱਗਦਾ ਗਾ ਜਿਹੜਾ ਅੱਜ ਤੋਂ 80ਵਿਆਂ ਦੇ ਦਸ਼ਕ ਦੇ ਵਿੱਚ ਕੰਮ ਹੁੰਦਾ ਸੀ ਪੰਜਾਬੀ ਦੇ ਵਿੱਚ, ਪੰਜਾਬੀ ਸ਼ਬਦਾਵਲੀ ਨੂੰ ਦੇਖ ਲਈਏ, ਕੋਸ਼ ਦੇਖ ਲਈਏ ਜਾਂ ਸਾਹਿਤ ਦੇਖ ਲਈਏ, ਅਸੀਂ ਉਹ ਬਹੁਤ ਵਧੀਆ ਮਿਲਦਾ ਸੀਗਾ ਸਾਨੂੰ, ਉਸ ਦੇ ਵਿੱਚ ਕੁਛ ਹੁੰਦਾ ਸੀ, ਉਹਦੇ 'ਚ ਸਾਹਿਤ ਸਮਾਜ ਦਾ ਦਰਪਣ ਹੁੰਦਾ, ਉਹਦੇ ਵਿੱਚ ਸਾਨੂੰ ਸਮਾਜ ਦੀ ਸੂਰਤ ਦਿਖਾਈ ਦਿੰਦੀ ਸੀ। ਉਸ ਤੋਂ ਬਾਅਦ ਅਸੀਂ ਦੇਖ ਲਈਏ 2000 ਤੋਂ ਬਾਅਦ ਦਾ ਜਿਹੜਾ ਸਾਡਾ ਪੂਰਾ ਦਾ ਪੂਰਾ ਇੱਕ ਪਿਆ ਹੋਇਆ ਹੈਗਾ ਰਿਸਰਚ ਦਾ ਕੰਮ, ਅਸੀਂ ਉਹ ਦੇਖਦੇ ਹਾਂ, ਸਾਨੂੰ ਲੱਗਦਾ ਹੈਗਾ ਵੀ ਹੌਲੀ 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 ਜਿਹੜੀ ਇੱਕ ਕੁਆਲਿਟੀ ਆ ਉਹ ਖਤਮ ਕਰਕੇ ਕੁਆਂਟਿਟੀ ਵਧਾ ਦਿੱਤੀ ਗਈ ਆ। ਇਹਦੇ ਪਿੱਛੇ ਸਰਕਾਰ ਵੱਲੋਂ, ਜਿਹੜੀਆਂ ਰਾਜ ਸਰਕਾਰਾਂ ਨੇ ਜਾਂ ਕੇਂਦਰ ਸਰਕਾਰਾਂ ਨੇ, ਉਹਨਾਂ ਵੱਲੋਂ ਗ੍ਰਾਂਟ ਨਾ ਦੇਣਾ ਇੱਕ ਪੱਖ ਹੈ। ਦੂਜਾ, ਜਿਹੜੇ ਇੱਥੇ ਪੜ੍ਹਾ ਰਹੇ ਪ੍ਰੋਫੈਸਰ ਨੇ, ਜਿਹੜੇ ਜਿਨ੍ਹਾਂ ਦੀ ਜ਼ਿੰਮੇਵਾਰੀ ਬਣਦੀ ਹੈ ਉਹਨਾਂ ਨੂੰ ਤਰਾਸ਼ਣਾ, ਇਹ ਉਸ ਤਰੀਕੇ ਦੀ ਕੁਆਲਿਟੀ ਉਹਦੇ ਵਿੱਚ ਨਹੀਂ ਦੇ ਪਾ ਰਹੇ ਨੇ, ਇਹ ਉਹਨਾਂ ਦੀ ਇੱਕ ਦੂਜੀ ਕਮੀ ਹੈ। ਤੀਜੀ ਹੈ ਕਿ ਵਿਦਿਆਰਥੀਆਂ ਤੱਕ ਜਿਹੜਾ ਸੀ ਵਿਗਿਆਨਕ ਰੂਪ ਦੇ ਵਿੱਚ ਜੇ ਦੇਖੀਏ, ਜਿਵੇਂ ਹੋਰ ਕਿਤਾਬਾਂ ਨੇ, ਜਿਵੇਂ ਨੋਨ ਮੈਡੀਕਲ ਕਹਿ ਦਿੱਤਾ ਜਾਂਦਾ, ਹੁਣ ਇੱਕ ਟਰਮ ਬਣ ਗਈ ਹੈ ਨੋਨ ਮੈਡੀਕਲ, ਅਸਲ ਮੈਂ ਅੰਗਰੇਜ਼ੀ ਇੱਕ ਭਾਸ਼ਾ, ਸਿਰਫ ਇੱਕ ਭਾਸ਼ਾ, ਉਹ ਕਿਸੇ ਦੇ ਬੁੱਧੀਮਾਨ ਹੋਣ ਦਾ ਸਰਟੀਫਿਕੇਟ ਨਹੀਂ ਹੈ। ਤਾਂ ਜੇ ਅਸੀਂ ਵਿਗਿਆਨ ਦੀ ਭਾਸ਼ਾ ਦੀ ਕਾਢ ਕੱਢ ਲਵਾਂਗੇ ਤਾਂ ਉਹ ਜਿਹੜੀ
ਪੰਜਾਬੀ ਲਈ? ਬਿਲਕੁਲ ਟੱਕਰ ਆ। ਅਸੀਂ ਸਮਝਦੇ ਹਾਂ ਇਹਨੂੰ ਵਿਗਿਆਨ ਦੀ ਅਤੇ ਤਕਨੀਕ ਦੀ ਭਾਸ਼ਾ ਬਣਾਈ ਜਾਣੀ ਚਾਹੀਦੀ ਆ, ਖੋਜੀ ਜਾਣੀ ਚਾਹੀਦੀ ਹੈ ਅਤੇ ਨਵੇਂ ਸ਼ਬਦ ਖੋਜੇ ਜਾਣੇ ਚਾਹੀਦੇ ਆ। ਤੁਸੀਂ ਸਾਹਿਤ ਦੇ ਤੁਸੀਂ ਵਿਦਿਆਰਥੀ ਹੋ, ਤੁਹਾਨੂੰ ਲੱਗਦਾ ਕਿ ਇਸ ਪਾਸੇ ਕੰਮ ਹੋ ਰਿਹਾ? ਹਾਲੇ ਤੱਕ ਤਾਂ ਮੈਨੂੰ ਕਿਤੇ ਕੋਈ ਨਜ਼ਰ ਨਹੀਂ ਆ ਰਿਹਾ, ਪਰ ਜਿਹੜੇ ਕੁਛ ਇੱਕ ਲੋਕ ਨੇ ਜਿਹੜੇ ਲੱਗੇ ਹੋਏ ਨੇ ਸੁਹਿਰਦਤਾ ਨਾਲ ਵੀ ਸਾਹਿਤ 'ਤੇ ਕੰਮ ਹੋਣਾ ਚਾਹੀਦਾ, ਭਾਸ਼ਾ 'ਤੇ ਕੰਮ ਹੋਣਾ ਚਾਹੀਦਾ, ਉਹ ਲੋਕ ਲੱਗੇ ਵੀ ਹੋਏ ਨੇ। ਨਹੀਂ ਬਹੁਤ ਸਾਰੀਆਂ ਅਜਿਹੀਆਂ ਜਥੇਬੰਦੀਆਂ ਨੇ ਜਿਹੜੀਆਂ ਲੇਖਕ ਸੰਘ ਦੇ ਨਾਂ 'ਤੇ ਪਤਾ ਨਹੀਂ ਕੀ ਆਪਦਾ ਚਲਾਈ ਜਾ ਰਹੇ ਨੇ, ਉਹਨਾਂ 'ਤੇ ਮੈਨੂੰ ਜ਼ਿਆਦਾ ਕੋਈ ਉਮੀਦ ਨਹੀਂ ਹੈਗੀ ਕਿ ਉਹ ਕੁਛ ਕਰਨਗੇ। ਇੱਕ ਮੈਂ ਤੁਹਾਡੇ ਕੋਲ, ਤੁਸੀਂ ਲਿਟਰੇਚਰ ਦੇ ਵਿਦਿਆਰਥੀ ਹੋ, ਸਾਹਿਤ ਦੇ ਵਿਦਿਆਰਥੀ ਹੋ, ਜੇ ਪੰਜਾਬੀ ਦੇ ਲਈ ਕਿਸੇ ਸਾਹਿਤਕਾਰ ਦੀ ਕੋਈ ਸਤਨਾ ਤੁਹਾਡੇ ਜ਼ਿਹਨ 'ਚ ਹੋਣ, ਤੁਸੀਂ ਸੁਣਾ ਸਕੋ ਸਾਡੇ ਦਰਸ਼ਕਾਂ ਨੂੰ, ਜ਼ਰੂਰ ਸੁਣਾਓ। ਜਿਸ ਧਰਤੀ 'ਤੇ ਰਜਮਾ ਟੁੱਕੜ ਖਾਂਦੇ ਨਹੀਂ ਮਜ਼ਦੂਰ, ਉਸ ਧਰਤੀ ਦੇ ਹਾਕਮ ਕੁੱਤੇ ਉਸ ਦੇ ਹਾਕਮ ਸੂਰ। ਇਹ ਬਾਬਾ ਨਜ਼ਮੀ ਦੀਆਂ ਲਾਈਨਾਂ ਨੇ ਅਤੇ ਸਾਵਰ ਅਲੀ ਸਾਵਰ ਵੀ ਲਿਖਦੇ ਨੇ, ਅਸੀਂ ਉਹਨਾਂ ਨੂੰ ਵੀ ਪੜ੍ਹਦੇ ਹਾਂ। ਕਹਿੰਦੇ ਜੇ ਇਹ ਧਰਤੀ ਰੱਬ ਦੀ ਹੁੰਦੀ, ਸਹੁੰਏ ਰੱਬ ਦੀ, ਸਭ ਦੀ ਹੁੰਦੀ, ਅੱਜ ਇਹ ਧਰਤੀ ਸਭ ਦੀ ਨਜ਼ਰ ਨਹੀਂ ਆਉਂਦੀ। ਇਸ ਦੇ ਵਿੱਚ ਧਰਮ ਦੇ ਨਾਂ 'ਤੇ ਦੰਗੇ ਹੋ ਰਹੇ ਆ, ਇਸ ਦੇ ਨਾਂ 'ਤੇ ਭਾਸ਼ਾਵਾਂ ਨੂੰ ਲੈ ਕੇ ਮਤਲਬ ਇੱਕ ਹਿੰਸਾ ਖੜੀ ਕੀਤੀ ਜਾ ਰਹੀ ਹੈ, ਬੇਰੁਜ਼ਗਾਰ ਫਿਰ ਰਹੇ ਨੇ, ਸਿੱਖਿਆ ਦੇ ਨਾਂ 'ਤੇ ਜਿਹੜਾ ਬਜ਼ਾਰੀਕਰਨ ਕੀਤਾ ਜਾ ਰਿਹਾ, ਸਿਹਤ ਸੁਵਿਧਾਵਾਂ ਕਿਸੇ ਨੂੰ ਨਹੀਂ ਮਿਲ ਰਹੀਆਂ, ਇਸ ਦੇਸ਼ ਦੇ ਵਿੱਚ ਬਹੁਤ ਵੱਡਾ ਪਾੜਾ ਮਾਨਸਿਕ ਰੂਪ 'ਚ ਖੜਾ ਕੀਤਾ ਜਾ ਰਿਹਾ। ਅਸੀਂ ਸਮਝ ਰਹੇ ਹਾਂ ਇਸ ਧਰਤੀ 'ਤੇ ਸੱਚੀਓ ਜਿਹੜੇ ਹਾਕਮ ਨੇ ਉਹ ਸੂਰ ਪੈਦਾ ਹੋ ਗਏ ਨੇ, ਉਹ ਕੰਮ ਨਹੀਂ ਕਰਨਾ ਚਾਹ ਰਹੇ। ਬਹੁਤ ਬਹੁਤ ਧੰਨਵਾਦ ਵਿੱਚ ਗੱਲਬਾਤ ਕਰਨ ਦੇ ਲਈ। ਸੋ ਸਾਡੀ ਗੱਲਬਾਤ ਜਿਹੜੀ ਅੱਗੇ ਵੀ ਲਗਾਤਾਰ ਜਾਰੀ ਰਹੇਗੀ, ਵਿਦਿਆਰਥੀਆਂ ਦੇ ਨਾਲ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਗ੍ਰਹਿ ਮੰਤਰੀ ਦੇ ਬਿਆਨ ਨੂੰ ਲੈ ਕੇ ਉਹ ਕੀ ਸੋਚਦੇ ਨੇ ਅਤੇ ਨਾਲ ਦੀ ਨਾਲ ਪੰਜਾਬੀ ਭਾਸ਼ਾ ਦੀ ਸਥਿਤੀ ਜਿਹੜੀ ਹੈ ਮੌਜੂਦਾ ਵੇਲੇ ਕੀ ਹੈ। ਅਤੇ ਇਸ ਵੇਲੇ ਕੁਝ ਹੋਰ ਵਿਦਿਆਰਥੀ ਸਾਡੇ ਨਾਲ ਮੌਜੂਦ ਨੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਕੀ ਨਾਮ ਹੈ ਜੀ ਤੁਹਾਡਾ? ਨਵਦੀਪ ਕੌਰ। ਨਵਦੀਪ, ਗ੍ਰਹਿ ਮੰਤਰੀ ਕਹਿ ਰਹੇ ਨੇ ਕਿ ਪੂਰੇ ਦੇਸ਼ ਦੀ ਇੱਕ ਭਾਸ਼ਾ ਹੋਣੀ ਚਾਹੀਦੀ ਹੈ ਅਤੇ ਹਿੰਦੀ ਉਹ ਭਾਸ਼ਾ ਹੈ ਜਿਹੜੀ ਪੂਰੇ ਦੇਸ਼ ਨੂੰ ਇੱਕ ਰੱਖ ਸਕਦੀ ਹੈ, ਤੁਸੀਂ ਸਹਿਮਤ ਹੋ? ਨਹੀਂ, ਮੈਂ ਸਹਿਮਤ ਨਹੀਂ ਹੋ ਸਕਦੀ ਇਸ ਬਾਤ ਨਾਲ। ਜੇ ਆਪਾਂ ਆਪਣੀ ਮਾਂ ਬੋਲੀ ਛੱਡਤੀ ਤਾਂ ਆਪਣਾ ਕਲਚਰ, ਜਿਹੜਾ ਆਪਣਾ ਟ੍ਰੈਡੀਸ਼ਨ ਆ, ਉਹ ਰਹਿ ਜੂਗਾ। ਕਿ ਜਿਹੜੀ ਆਪਣੀ ਅਗਲੀ ਪੀੜ੍ਹੀ ਆਊਗੀ ਨਾ, ਤਾਂ ਫਿਰ ਪਤਾ ਹੀ ਨਹੀਂ ਲੱਗਣਾ ਕਿ ਅਸੀਂ ਕਿੱਥੋਂ ਬਿਲੋਂਗ ਕਰਦੇ ਹਾਂ। ਠੀਕ ਆ ਹਿੰਦੀ ਲੈਂਗੁਏਜ ਕਰ ਰਹੇ, ਬਟ ਆਪਣੀ ਮਾਂ ਬੋਲੀ ਛੱਡ ਕੇ ਦੂਜੀ ਲੈਂਗੁਏਜ ਵੱਲ ਜਾਣਾ ਉਹ ਗਲਤ ਆ। ਮਾਂ ਬੋਲੀ ਦੀ ਕੀ ਸਥਿਤੀ ਹੈ ਪੰਜਾਬ? ਤੁਹਾਨੂੰ ਲੱਗਦਾ ਕਿ ਮਾਂ ਬੋਲੀ ਜਿਹੜੀ ਆ ਉਹ ਤਰੱਕੀ ਕਰ ਰਹੀ ਹੈ ਜਾਂ ਉਹ ਵੀ ਥੱਲੇ ਜਾ ਰਹੀ? ਕਿਸੇ ਰਾਈਟ ਤੱਕ ਆਪਾਂ ਦੇਖੀਏ ਤਾਂ ਕਿਸੇ ਜਗ੍ਹਾ ਵਿੱਚ ਹੋ ਰਹੀ ਹੈ ਵੀ ਹਾਂ ਬਾਹਰ ਆ ਰਹੇ ਹਨ ਲੋਕ ਮਾਂ ਬੋਲੀ ਨੂੰ ਲੈ ਕੇ, ਬਟ ਕਿਤੇ ਕਿਤੇ ਦੇਖੀਏ ਤਾਂ ਆਪਾਂ ਥੱਲੇ ਜਾ ਰਹੀ ਹੈ ਬਹੁਤ ਜ਼ਿਆਦਾ, ਉਸੇ ਚੀਜ਼ ਨੂੰ ਆਪਾਂ ਬ੍ਰਿੰਗ ਅਪ ਕਰਨਾ ਚਾਹੁੰਦੇ ਹਾਂ। ਬਟ ਜੇ ਆਪਾਂ ਆਪਣੀ ਹਿੰਦੀ ਲੈਂਗੁਏਜ ਕਰ ਲਈ ਤਾਂ ਫਿਰ ਆਪਣੀ ਮਾਂ ਬੋਲੀ ਜਮ੍ਹਾਂ ਹੀ ਮਰ ਗਈ। ਆਪਾਂ ਲੈ ਕੇ ਨਹੀਂ ਆ ਸਕਦੇ। ਹੁਣ ਤੁਸੀਂ ਦੇਖੋ ਕਿੰਨੇ ਕਵੀ ਹੈ, ਤਾਂ ਉਹਨਾਂ ਨੂੰ ਜਿਹੜੀ ਆਪਾਂ ਵੀ ਲਿਖਦੇ ਹਾਂ, ਅਸੀਂ ਸਾਰੇ ਲਿਖਦੇ ਹਾਂ, ਅਤੇ ਉਹ ਚੀਜ਼ ਅਸੀਂ ਬ੍ਰਿੰਗ ਅਪ ਨਹੀਂ ਕਰ ਪਾਉਂਦੇ ਕਈ ਵਾਰ। ਬਟ ਇੱਥੇ ਯੂਨੀਵਰਸਿਟੀ 'ਚ ਹੁੰਦੇ ਹਾਂ, ਮਾਂ ਬੋਲੀ ਦੇ ਪ੍ਰੋਗਰਾਮਸ ਲੱਗਦੇ ਹਾਂ, ਪੰਜਾਬੀ ਲੈਂਗੁਏਜ 'ਤੇ ਲੱਗਦੇ ਹਾਂ, ਬੁੱਕਸ ਲਿਖੇ ਜਾਂਦੀਆਂ, ਤਾਂ ਉਹਦੇ ਲਈ ਹੋਣਾ ਚਾਹੀਦਾ, ਤਾਂ ਆਪਾਂ ਤਾਂ ਹੀ ਆਪਣੀ ਲੈਂਗੁਏਜ ਬਾਹਰ ਆਊਗੀ, ਤਾਂ ਹੀ ਲੋਕਾਂ ਨੂੰ ਪਤਾ ਲੱਗੂਗਾ। ਤੁਹਾਡੀ ਭਾਸ਼ਾ ਨੂੰ ਕੋਈ ਕਹੇ ਕਿ ਇਹ ਗਵਾਰਾਂ ਦੀ ਭਾਸ਼ਾ ਹੈ ਪੰਜਾਬੀ ਅਤੇ ਲੜਾਈ ਦੀ ਭਾਸ਼ਾ ਹੈ, ਤੁਸੀਂ ਕੀ ਕਹੋਗੇ? ਨਹੀਂ, ਗਵਾਰਾਂ ਦੀ ਲੈਂਗੁਏਜ ਤਾਂ ਹੈ ਨਹੀਂ ਬਿਲਕੁਲ ਵੀ, ਭਾਸ਼ਾ ਵੀ ਨਹੀਂ ਆ ਅਤੇ ਨਾ ਇਹ ਲੜਾਈ ਦੀ ਆ। ਮੈਂ ਪੌਦ ਹੀ ਬੋਲਦੀ ਹਾਂ, ਮੈਂ ਪੌਦ ਤੋਂ ਹਾਂ ਬੇਸਿਕਲੀ, ਸਾਡੇ ਥਾਰਾ ਮਾਰਾ ਕਰਦੇ ਹਾਂ ਅਤੇ, ਬਟ ਅਸੀਂ ਨਹੀਂ ਬੋਲ ਸਕਦੇ, ਲੋਕਾਂ ਨੂੰ ਲੱਗਦਾ ਕਿ ਪਤਾ ਨਹੀਂ ਕਿੱਧਰੋਂ ਆ ਗਏ ਉੱਠ ਕੇ, ਬਟ ਨਹੀਂ ਆਪਣੀ ਲੈਂਗੁਏਜ। ਮੈਂ ਤੁਹਾਨੂੰ ਇਹ ਸਵਾਲ ਇਸ ਲਈ ਪੁੱਛਿਆ ਕਿਉਂਕਿ ਪਟਿਆਲੇ 'ਚ ਪਿਛਲੇ ਦਿਨ ਇੱਕ ਪ੍ਰੋਗਰਾਮ ਹੋਇਆ ਸੀ, ਹਿੰਦੀ ਦਿਵਸ ਮਨਾ ਰਹੇ ਸੀ ਉੱਥੇ, ਉੱਥੇ ਕਥਿਤ ਤੌਰ 'ਤੇ ਜਿਹੜੇ ਹੋਰ ਲੇਖਕ ਸੀਗੇ ਉਹਨਾਂ ਨੇ ਉੱਥੇ ਪੰਜਾਬੀ ਦੇ ਇੱਕ ਬੁਲਾਰੇ ਨੂੰ ਕਿਹਾ ਕਿ ਤੁਸੀਂ ਪੰਜਾਬੀ 'ਚ ਨਾ ਬੋਲੋ, ਹਿੰਦੀ 'ਚ ਬੋਲੋ। ਬਟ ਨਹੀਂ, ਇਹ ਗਲਤ ਗੱਲ ਆ, ਆਪਾਂ ਆਪਣੀ ਲੈਂਗੁਏਜ ਨੂੰ ਨਹੀਂ ਬਣਾ ਕੇ ਸਾਹਮਣੇ ਬੋਲ ਸਕਾਂਗੇ, ਸ਼ਰਮ ਆਪਣੀ ਲੈਂਗੁਏਜ 'ਚ ਬੋਲਣ ਨੂੰ ਸ਼ਰਮ ਆਵੇਗੀ, ਤਾਂ ਫਿਰ ਕੌਣ ਹੋਰ ਦੂਜਾ ਕਿਵੇਂ ਬੋਲੂਗਾ? ਆਪਾਂ ਨੂੰ ਆਪਣੀ ਲੈਂਗੁਏਜ 'ਚ ਤਾਂ ਬੋਲਣਾ ਪੈਣਾ, ਇਹ ਭਾਸ਼ਾ 'ਤੇ ਬੋਲਣਾ ਚਾਹੀਦਾ। ਕੀ ਨਾਮ ਜੀ ਤੁਹਾਡਾ? ਮੇਰਾ ਨਾਮ ਸੁਖਜੀਤ ਸ਼ਰਮਾ ਜੀ। ਕੀ ਲੱਗਦਾ ਹੈ ਕਿ ਗ੍ਰਹਿ ਮੰਤਰੀ ਜੋ ਕਹਿ ਰਹੇ ਨੇ ਕਿ ਪੂਰੇ ਦੇਸ਼ ਦੀ ਇੱਕ ਭਾਸ਼ਾ ਹੋਣੀ ਚਾਹੀਦੀ ਹੈ, ਹਿੰਦੀ ਨੂੰ ਉਹ ਕਹਿ ਰਹੇ ਨੇ ਕਿ ਹਿੰਦੀ ਉਹ ਭਾਸ਼ਾ ਹੈ ਜਿਹੜੀ ਸਭ ਤੋਂ ਵੱਧ ਬੋਲੀ ਜਾਂਦੀ ਹੈ, ਇਸ ਲਈ ਪੂਰੇ ਦੇਸ਼ ਦੀ ਇੱਕ ਭਾਸ਼ਾ ਹਿੰਦੀ ਹੋ ਸਕਦੀ ਹੈ, ਤੁਸੀਂ ਸਹਿਮਤ ਹੋ? ਨਹੀਂ, ਮੈਂ ਬਿਲਕੁਲ ਸਹਿਮਤ ਨਹੀਂ ਹੈਗਾ ਇਸ ਚੀਜ਼ ਨਾਲ ਜੀ। ਦੇਖੋ, ਦਿੱਲੀ ਦੇ ਵਿੱਚ ਬੈਠ ਕੇ ਗੱਲਾਂ ਕਰਨੀਆਂ ਤਾਂ ਸਿਖਾਲੀਆਂ ਨੇ, ਪਰ ਇਹਨੂੰ ਅਪਲਾਈ ਕਰਨਾ ਬਹੁਤ ਔਖਾ। ਅਤੇ ਹੁਣ ਅਸੀਂ ਪੰਜਾਬੀ, ਸਾਡੀ ਮਾਂ ਬੋਲੀ ਆ, ਠੀਕ ਆ, ਪੰਜਾਬੀ ਬੋਲਦੇ ਹਾਂ ਅਸੀਂ, ਸਾਰਾ ਕੁਝ ਸਾਡਾ ਪੰਜਾਬੀ 'ਚ ਆ, ਜੰਮੇ ਪੰਜਾਬੀ 'ਚ ਆ, ਅਤੇ ਇਹਦੇ ਨਾਲ ਮੈਨੂੰ ਤਾਂ ਨਹੀਂ ਲੱਗਦਾ ਵੀ ਦੇਸ਼ ਸਾਡਾ ਇੱਕ ਹੋ ਜੂਗਾ, ਕਿਉਂਕਿ ਇੱਕ ਭਾਸ਼ਾ ਬੋਲਣੀ, ਚਲੋ ਆਉਣੀ ਸਾਨੂੰ ਬਹੁਤ ਜ਼ਰੂਰੀ ਹੈ, ਚਲੋ ਆਉਣੀ ਸਾਨੂੰ ਚਾਹੀਦੀ ਹੈ, ਪਰ ਇੱਕ ਨਹੀਂ ਹੋਣਾ, ਇਹ ਬਿਲਕੁਲ ਗਲਤ ਹੈ। ਤਾਂ ਤੁਸੀਂ ਇੱਕ ਪੂਰੇ ਦੇਸ਼ ਨੂੰ ਇੱਕ ਰੱਖਣ ਦਾ ਪੈਮਾਨਾ ਸਿਰਫ ਭਾਸ਼ਾ ਨਹੀਂ ਹੋ ਸਕਦੀ? ਨਹੀਂ ਹੋ ਸਕਦੀ ਜੀ, ਬਿਲਕੁਲ ਨਹੀਂ ਹੋ ਸਕਦੀ। ਨਾਲੇ ਇੱਦਾਂ ਵੀ ਜੇ ਤੁਸੀਂ ਅੱਜ ਅਪਲਾਈ ਇਹਨੂੰ ਕਰਦੇ ਹੋ, ਠੀਕ ਆ, ਤੁਸੀਂ ਅੱਜ ਲਾਗੂ ਕਰਤਾ, ਤਾਂ ਮੈਨੂੰ ਨਹੀਂ ਲੱਗਦਾ ਵੀ ਇਹ 50-60 ਸਾਲ ਤੱਕ ਇਹ ਅਪਲਾਈ ਹੋ ਸਕਦਾ, ਕਿਉਂਕਿ ਹੁਣ ਅਸੀਂ ਹਾਂ, ਅਸੀਂ ਲੋਕ ਹਾਂ, ਅਸੀਂ ਹੁਣ ਸਿੱਧਾ ਆਪਣੇ ਬੱਚਿਆਂ ਨੂੰ ਅਸੀਂ ਨਹੀਂ ਸਿਖਾ ਸਕਦੇ, ਇਹ ਸਾਡੇ ਤਾਂ ਖੂਨ 'ਚ ਰਚ ਚੁੱਕੀ ਹੈ ਚੀਜ਼, ਇਹ ਤਾਂ ਐਂ ਕਹਿ ਲਓ ਵੀ ਸਾਡੇ ਹੱਥ ਵੱਢਣ ਵਾਲਾ ਕੰਮ ਹੋਇਆ ਪਿਆ ਜੇ ਕਹਿ ਦਈਏ। ਠੀਕ ਹੈ, ਇੱਕ ਪੰਜਾਬੀ ਨੂੰ ਲੈ ਕੇ ਗੱਲ ਕਹੀ ਜਾਂਦੀ ਹੈ ਕਿ ਜਿਹੜੀ ਪੰਜਾਬੀ ਹੈ
ਹੁੰਦਾ, ਲਿਖ ਬਕਾਇਦਾ ਲਿਖਿਆ ਜਾਂਦਾ ਪੰਜਾਬ। ਆਪਣੇ ਨੌਜਵਾਨ ਤਾਂ ਆਈਲੈਟਸ ਕਰ ਕਰਕੇ ਅੰਗਰੇਜ਼ੀ ਸਿੱਖ ਕੇ ਬਾਹਰ ਜਾ ਰਹੇ? ਸਾਡਾ ਤਾਂ ਕੋਈ ਪਲਾਨ ਨਹੀਂ, ਅਸੀਂ ਤਾਂ ਇੱਥੇ ਰਹਿਣਾ ਚਾਹੁੰਦੇ ਹਾਂ ਅਤੇ ਅਸੀਂ ਇੱਥੇ ਰਹਾਂਗੇ ਕਿਉਂ ਆਪਣੇ ਪੰਜਾਬ ਨੂੰ। ਜੇ ਤੁਸੀਂ ਉੱਥੇ ਜਾ ਕੇ ਡਿਵੈਲਪ ਕਰ ਸਕਦੇ ਹੋ, ਇੱਥੇ ਕਿਉਂ ਨਹੀਂ ਡਿਵੈਲਪ ਕਰ ਸਕਦੇ? ਚਲੋ ਠੀਕ ਹੈ, ਉਹ ਵੀ ਉੱਥੇ ਗਏ ਨੇ, ਕੈਨੇਡਾ 'ਚ ਗਏ ਨੇ ਤਾਂ ਉੱਥੇ ਭਾਸ਼ਾ ਨੂੰ ਮਾਣ ਸਤਿਕਾਰ ਉਹਨਾਂ ਲੋਕਾਂ ਨੇ ਦਵਾਇਆ ਹੈ। ਰੁਜ਼ਗਾਰ ਵਾਲੀ ਗੱਲ ਨਾਲ ਤੁਸੀਂ ਕਿੰਨੇ ਸਹਿਮਤ ਹੋ ਕਿ ਪੰਜਾਬੀ ਜਿਹੜੀ ਹੈ ਰੁਜ਼ਗਾਰ ਦੀ ਭਾਸ਼ਾ ਨਹੀਂ ਹੈਗੀ, ਇਸ ਲਈ ਉਹ ਜਿਹੜੀ ਹੈ ਨੌਜਵਾਨਾਂ ਤੋਂ ਦੂਰ ਹੋ ਰਹੇ? ਨਹੀਂ ਨਹੀਂ, ਇਹ ਰੁਜ਼ਗਾਰ ਦੀ ਭਾਸ਼ਾ ਕਹਿ ਲਓ, ਅਸੀਂ ਕਹਿੰਦੇ ਹਾਂ ਵੀ ਇਹ ਗਵਾਰਾਂ ਦੀ ਭਾਸ਼ਾ। ਤਾਂ ਮੈਂ ਕਹਿੰਦਾ ਵੀ ਜਿੰਨਾ ਤੱਕ ਹਿੰਦੁਸਤਾਨ ਅਤੇ ਸਾਡੇ ਇੰਡੀਆ 'ਤੇ ਮੁਸੀਬਤਾਂ, ਇਹਨਾਂ ਤਾਂ ਪਹਿਲਾਂ ਪੰਜਾਬੀ ਖੜ੍ਹੇ ਨੇ ਮੂਹਰੇ, ਸਾਡਾ ਪ੍ਰਵੇਸ਼ ਦੁਆਰ ਰਿਹਾ, ਹਰ ਇੱਕ ਥਾਵੇਂ ਅਸੀਂ ਹਿੱਕ ਡਾ ਕੇ ਮੂਹਰੇ ਖੜ੍ਹੇ ਹਾਂ, ਤਾਂ ਇਹਨੂੰ ਅਸੀਂ ਗਵਾਰਾਂ ਦੀ ਭਾਸ਼ਾ ਕਿੱਦਾਂ ਕਹਿ ਸਕਦੇ ਹਾਂ ਜੀ? ਅਤੇ ਸਾਡੇ ਇਹ ਬਿਲਕੁਲ ਗਲਤ ਹੈ। ਅਤੇ ਜਿਹੜੀ ਰਹੀ ਗੱਲ ਕੈਨੇਡਾ ਜਾਣ ਦੀ, ਸਾਡੇ ਮੁੰਡੇ ਕੈਨੇਡਾ ਜਾ ਰਹੇ ਨੇ, ਚਲੋ ਆਪਦਾ ਹਰ ਇੱਕ ਦੇ ਆਪਣੀ ਆਪਣੀ ਮਾਨਸਿਕ ਪੱਧਰ ਆ, ਉਹਨਾਂ ਨੂੰ ਸੋਚਣਾ ਚਾਹੀਦਾ ਹੈ ਨਾ। ਅਤੇ ਉਹ ਜਾ ਰਹੇ ਨੇ ਅਤੇ ਇਹਦੇ ਵਿੱਚ ਥੋੜ੍ਹਾ, ਚਲੋ ਸਾਨੂੰ ਵੀ ਲੱਗਦਾ, ਸਾਡੀ ਸੋਚ ਆ ਕਈਆਂ ਨੂੰ ਹੋਰ ਬੜੇ ਕਾਰਨ ਨੇ ਕਿ ਉਹਨਾਂ ਨੂੰ ਰੁਜ਼ਗਾਰ ਨਹੀਂ ਮਿਲ ਰਿਹਾ, ਉਹ ਜ਼ਿੰਦਗੀ ਤਰੱਕੀ ਕਰਨਾ ਉਹ, ਹਾਂ ਉਹ ਕਾਰਨ ਹੈਗੇ ਨੇ। ਪਰ ਇੰਗਲਿਸ਼ ਸਿੱਖਣਾ, ਚਲੋ ਸਿੱਖਣਾ, ਪਰ ਇਹ ਤਾਂ ਸਾਡੀ ਜਮੀ ਹੱਥ ਬੜਨ ਵਾਲੀ ਕੰਮ ਹੈ ਜੀ, ਕਹਿੰਦੇ ਵੀ ਪੰਜਾਬੀ ਨਹੀਂ ਬੋਲਣੀ। ਮੈਂ ਕਹਿੰਦਾ ਸਾਡੇ ਚਲੋ ਮਾਂ ਬਾਪ ਨੇ ਜਿਹੜੇ ਸਾਡੇ, ਅਤੇ ਚਲੋ ਅਸੀਂ ਤਾਂ ਥੋੜ੍ਹਾ ਬਹੁਤ ਕੋਸ਼ਿਸ਼ ਹੀ ਦੱਬ ਘੁੱਟ ਕਰਕੇ ਕਰ ਲਾਂਗੇ, ਪਰ ਉਹਨਾਂ ਨੂੰ ਤਾਂ ਜਮੀ ਅਸੀਂ ਮਤਲਬ ਕਿ ਜਮੀ ਕੰਮ ਖਤਮ ਕਰ ਦਾਂਗੇ, ਉਹਨਾਂ ਨੂੰ ਕੱਟੇ ਜਾਵਾਂਗੇ ਅਸੀਂ। ਇੱਕ ਕਹੀਏ ਤਾਂ ਆਪਾਂ ਕਹਿੰਦੇ ਹਾਂ ਕਿ ਪੰਜਾਬੀ ਬੰਦ ਕਰੀਏ, ਹੈ ਨਾ, ਹਿੰਦੀ ਲਖੀਏ। ਤਾਂ ਦੇਖਿਆ ਜਾਵੇ ਤਾਂ ਬਾਹਰ ਗੁਰੂ ਗ੍ਰੰਥ ਸਾਹਿਬ ਜੀ ਨੂੰ ਟੋਪ 'ਤੇ ਦਿੱਤਾ, ਦਰਜਾ ਦਿੱਤਾ ਗਿਆ। ਜੇ ਆਪਾਂ ਵਾਈਟ ਹਾਊਸ ਜਾ ਕੇ ਦੇਖੀਏ ਤਾਂ ਗੁਰੂ ਗ੍ਰੰਥ ਸਾਹਿਬ ਜੀ ਉੱਪਰ ਰੱਖਿਆ ਗਿਆ। ਅਤੇ ਜੇ ਆਪਣੀ ਗੁਰੂਆਂ ਆਪਣੀ ਗੁਰੂਆਂ ਦੀ ਬਾਣੀ ਭੁੱਲ ਜਾਈਏ ਤਾਂ ਪੜ੍ਹ ਹੀ ਨਹੀਂ ਪਾਓਗੇ ਪੰਜਾਬੀ, ਫਿਰ ਕਿੱਥੇ ਪੜ੍ਹ ਲਾਂਗੇ? ਉਹਨਾਂ ਨੂੰ ਆਪਣਾ ਇਤਿਹਾਸ ਤਾਂ ਸਾਂਭ ਹੀ ਸਕੇ ਫਿਰ ਅਸੀਂ ਆਪਣਾ? ਇਹ ਦੇਖੋ ਵੀਰ ਜੀ, ਇਹ ਤਾਂ ਲਾਗੂ ਹੋ ਹੀ ਨਹੀਂ ਸਕਦਾ, ਅਤੇ ਨਾ ਹੀ ਇਹ ਸਾਡੇ, ਖਾਸ ਕਰਕੇ ਸਾਡੇ ਪੰਜਾਬੀ ਨੇ ਇਹ ਚੀਜ਼ ਨੂੰ ਐਕਸੈਪਟ ਬਿਲਕੁਲ ਨਹੀਂ ਕਰਨਾ। ਤੁਹਾਡਾ ਕੀ ਨਾਮ ਹੈ? ਅਰਲਿਨ। ਅਰਲਿਨ, ਤੁਸੀਂ ਸੁਣਿਆ ਹੋਣਾ ਗ੍ਰਹਿ ਮੰਤਰੀ ਕਹਿ ਰਿਹਾ ਕਿ ਇੱਕ ਭਾਸ਼ਾ ਹੋਣੀ ਚਾਹੀਦੀ ਹੈ, ਤੁਹਾਨੂੰ ਲੱਗਦਾ ਇੱਕ ਭਾਸ਼ਾ ਹੋਣੀ ਚਾਹੀਦੀ ਦੇਸ਼? ਨਹੀਂ, ਕਿਉਂਕਿ ਮੈਂ ਬਿਲੀਵ ਕਰਦੀ ਹਾਂ ਕਿ ਹਮਾਰਾ ਦੇਸ਼ ਇੱਕ ਚੀਜ਼ ਫੜੇਗਾ, ਉਸਕੋ ਡਾਇਵਰਸਿਟੀ ਬੋਲਤੇ ਹੈ, ਔਰ ਹਮਾਰੇ ਦੇਸ਼ ਕਾ ਐਸੈਂਸ ਹੈ ਡਾਇਵਰਸਿਟੀ। ਮਤਲਬ ਮੈਂ ਖੁਦ ਹਿੰਦੀ ਬੋਲਤੀ ਹੂੰ, ਬਟ ਮੈਂ ਇਸ ਬਾਰੇ ਬਿਲੀਵ ਨਹੀਂ ਕਰਦੀ। ਮੇਰੇ ਦੋਸਤ ਹੈ ਜੋ ਪੰਜਾਬੀ ਬੋਲਤੇ ਹੈ, ਜੋ ਤੇਲਗੂ ਬੋਲਤੇ ਹੈ, ਕੰਨੜ ਬੋਲਤੇ ਹੈ, ਉਨ ਲੋਕ ਕਾ ਐਸੈਂਸ ਹੈ, ਹਮਾਰੇ ਦੇਸ਼ ਇਸੀ ਚੀਜ਼ ਪਰ ਟਿਕਾ ਹੋਇਆ ਹੈ। ਔਰ ਅਗਰ ਇਹ ਚੀਜ਼ ਹਰ ਜਗ੍ਹਾ ਲਾਗੂ ਹੋਏਗੀ, ਜੈਸੇ ਪਹਿਲੇ ਵੀ ਹੋ ਰੱਖਾ ਹੈ, ਪਹਿਲੇ ਵੀ ਰਾਈਟਸ ਹੋ ਰੱਖੇ ਹੈ, ਜਬ ਬੋਲਾ ਤਾ ਕਿ ਹਿੰਦੀ ਕੋ ਹਮ ਆਫੀਸ਼ੀਅਲ ਲੈਂਗੁਏਜ ਬਣਾਤੇ ਹੈ, ਤਬ ਵੀ ਰਾਈਟਸ ਹੋਏ ਤੇ ਤੋ ਯੇ ਦੇਸ਼ ਕਾ ਬਟਵਾਰਾ ਹੀ ਕਰੇਗੀ, ਦੇਸ਼ ਕੋ ਕਭੀ ਏਕ ਨਹੀਂ ਕਰ ਸਕਤੀ ਬਾਤੀ ਹੈ। ਅੱਛਾ, ਤੁਸੀਂ ਆਪਣੇ ਦੋਸਤਾਂ ਜਦੋਂ ਬੈਠਦੇ ਹੋ ਤੁਸੀਂ ਹਿੰਦੀ 'ਚ ਗੱਲ ਕਰਦੇ? ਮੈਂ ਹਿੰਦੀ ਮੈਂ ਇਹ ਲੋਕ ਪੰਜਾਬੀ ਮੈਂ ਥੋੜ੍ਹੀ ਥੋੜ੍ਹੀ ਮੈਂ ਸਿੱਖਦੀ ਹਾਂ ਪੰਜਾਬੀ ਇਨ ਸੇ, ਥੋੜ੍ਹੀ ਬਹੁਤੀ ਪੰਜਾਬੀ, ਸਾਨੂੰ ਪੰਜਾਬੀ 'ਚ ਸਾਡੇ ਨਾਲ ਗੱਲ ਕਰੋ। ਅਤੇ ਤੁਹਾਨੂੰ ਲੱਗਦਾ ਹੈ ਕਿ ਹਰੇਕ ਬੰਦੇ ਨੂੰ ਆਜ਼ਾਦੀ ਹੋਣੀ ਚਾਹੀਦੀ ਹੈ ਕਿ ਉਹ ਆਪਣੀ ਭਾਸ਼ਾ 'ਚ ਗੱਲ ਕਰੇ, ਅਤੇ ਕਿਸੇ ਵੀ ਸਰਕਾਰ ਨੂੰ ਇਹ ਅਧਿਕਾਰ ਨਹੀਂ ਹੈ ਕਿ ਕਿਸੇ 'ਤੇ ਉਹ ਭਾਸ਼ਾ ਨੂੰ ਥੋਪਿਆ ਜਾਵੇ? ਮੈਂ ਇਸ ਬਾਤ 'ਤੇ ਬਿਲਕੁਲ ਸਹਿਮਤ ਹੂੰ, ਮਤਲਬ ਮੈਨੂੰ ਪੰਜਾਬੀ ਬੋਲੀ ਨਹੀਂ ਆਤੀ ਹੈ, ਬਟ ਹਾਂ ਮੈਂ ਇਸ ਬਾਤ 'ਤੇ ਬਿਲਕੁਲ ਸਹਿਮਤ ਹੂੰ, ਕਿਉਂਕਿ ਹਿਊਮਨ ਰਾਈਟਸ ਹੋਤੇ ਹੈ, ਇਨਸਾਨ ਕਾ ਆਪਣਾ ਇੱਕ ਰਾਈਟ ਹੈ, ਔਰ ਵੋ ਉਸ ਰਾਈਟ ਕੋ ਐਕਸੈਸ ਕਰਤਾ ਹੈ। ਅਬ ਮੇਰਾ ਮਨ ਹੈ ਮੈਂ ਹਿੰਦੀ ਬੋਲੂੰ, ਮੈਂ ਪੰਜਾਬੀ ਬੋਲੂੰ, ਮੈਂ ਇੰਗਲਿਸ਼ ਬੋਲੂੰ, ਤੋ ਇਸ ਪਰ ਸਰਕਾਰ ਮੇਰੇ ਪਾ ਕੇ ਲਾਗੂ ਨਹੀਂ ਕਰ ਸਕਦੀ ਕਿ ਨਹੀਂ ਤੁਮ ਪੰਜਾਬੀ ਬੋਲੋ, ਨਹੀਂ ਤੁਮ ਹਿੰਦੀ ਬੋਲੋ। ਕਿਉਂ? ਇਹ ਤਾਂ ਮੇਰਾ ਆਪਣਾ ਇੰਡੀਵਿਜੁਅਲ ਰਾਈਟ ਹੈ ਨਾ, ਮੇਰਾ, ਮੈਂ ਆਪਣੇ ਘਰ ਮੈਂ ਕੈਸੇ ਪਲੀ ਬੜੀ ਹੂੰ, ਮੇਰੇ ਮਾਂ ਬਾਪ ਨੇ ਮੁਝੇ ਕਿਆ ਸਿਖਾਇਆ ਹੈ, ਮੈਂ ਕਿਸ ਮੈਂ ਕੰਫਰਟੇਬਲ ਹੂੰ। ਅਗਰ ਮੈਂ ਯਹਾਂ ਪਰ 5 ਸਾਲੋਂ ਰਹਿਤੀ ਹੂੰ, ਮੈਂ ਖੁਦ ਮਾਨਤੀ ਹੂੰ, ਮੈਂ ਪੰਜਾਬੀ ਮੇਂ ਬਾਤ ਕਰਨ ਲਗੂੰਗੀ, ਤੋ ਮੇਰੇ ਕੋ ਅੱਛਾ ਲੱਗੇਗਾ, ਕਿਉਂਕਿ ਮੁਝੇ ਪਰਸਨਲੀ ਪੰਜਾਬੀ ਲੈਂਗੁਏਜ ਬਹੁਤ ਪਿਆਰੀ ਲੱਗਦੀ ਹੈ। ਔਰ ਜੋ ਆਪ ਰੋਜ਼ਗਾਰ ਕੀ ਬਾਤ ਕਰੇ ਤੇ, ਅਭੀ ਦੇਖੀ ਅਭੀ ਹਮ ਯੂਨੀਵਰਸਿਟੀ ਖੜੇ ਹੂੰ ਹੈ, ਯਹਾਂ ਪੇ ਮੂਵੀ ਕੇ ਕਾਸਟ ਆ ਰਹੀ ਹੈ, ਇੱਕ ਤਰ੍ਹਾਂ ਸੇ ਯੇ ਵੀ ਤੋ ਰੋਜ਼ਗਾਰ ਹੈ। ਕਿਤਨੀ ਬੜੀ ਫਿਲਮ ਇੰਡਸਟਰੀ ਹੈ, ਕਿਤਨੀ ਬੜੀ ਮਿਊਜ਼ਿਕ ਇੰਡਸਟਰੀ ਹੈ ਪੰਜਾਬੀ ਇੰਡਸਟਰੀ। ਬਹੁਤ ਬਹੁਤ ਧੰਨਵਾਦ। ਸੋ ਇਹ ਸਨ ਵਿਦਿਆਰਥੀ, ਬੜੀ ਚੰਗੀ ਗੱਲਬਾਤ ਹੋਈ ਹੈ। ਇੱਕ ਅਹਿਮ ਗੱਲ ਇਹ ਹੋਈ ਹੈ ਕਿ ਰੁਜ਼ਗਾਰ ਦੀ ਇੱਕ ਵੱਡੀ ਗੱਲ ਕਹੀ ਜਾਂਦੀ ਹੈ ਪੰਜਾਬੀ ਨੂੰ ਲੈ ਕੇ, ਕਿ ਰੁਜ਼ਗਾਰ ਦੀ ਪੰਜਾਬੀ ਭਾਸ਼ਾ ਨਹੀਂ ਬਣ ਸਕੀ ਹੈ। ਪਰ ਗੱਲ ਭਾਸ਼ਾ ਦਾ ਜਿਹੜਾ ਮਾਇਨਾ ਹੈ, ਉਹ ਸਿਰਫ ਰੁਜ਼ਗਾਰ ਤੱਕ ਸੀਮਿਤ ਨਹੀਂ ਹੁੰਦਾ। ਬੰਦੇ ਨੇ ਆਪਣੇ ਹਾਵ ਭਾਵ, ਆਪਣੀਆਂ ਭਾਵਨਾਵਾਂ ਜਿਹੜੀਆਂ ਨੇ, ਉਹ ਆਪਣੀ ਮਾਂ ਬੋਲੀ ਦੇ ਵਿੱਚ ਹੀ ਬਿਆਨ ਕਰ ਸਕਦਾ ਹੈ। ਇਸ ਲਈ ਸਿਰਫ ਰੁਜ਼ਗਾਰ ਦੀ ਭਾਸ਼ਾ ਨਾਲ ਜੋੜ ਕੇ ਹੀ ਪੰਜਾਬੀ ਨੂੰ ਨਹੀਂ ਵੇਖਿਆ ਜਾਣਾ ਚਾਹੀਦਾ। ਅਤੇ ਇਸ ਵੇਲੇ ਸਾਡੇ ਨਾਲ ਕੁਝ ਹੋਰ ਨੌਜਵਾਨ ਮੌਜੂਦ ਨੇ, ਗੱਲਬਾਤ ਕਰਦੇ ਉਹਦੇ ਨਾਲ, ਕੀ ਸੋਚਦੇ ਨੇ? ਕੀ ਨਾਂ ਜੀ ਤੁਹਾਡਾ? ਗੁਰਸੇਵਕ ਸਿੰਘ ਜੀ। ਗੁਰਸੇਵਕ, ਗ੍ਰਹਿ ਮੰਤਰੀ ਨੇ ਬਿਆਨ ਦਿੱਤਾ ਕਿ ਪੂਰੇ ਦੇਸ਼ ਦੀ ਇੱਕ ਭਾਸ਼ਾ ਹੋਣੀ ਚਾਹੀਦੀ ਹੈ, ਅਤੇ ਹਿੰਦੀ ਉਹ ਭਾਸ਼ਾ ਹੈ ਜਿਹੜੀ ਪੂਰੇ ਦੇਸ਼ ਨੂੰ ਇੱਕ ਰੱਖ ਸਕਦੀ ਹੈ, ਤੁਸੀਂ ਸਹਿਮਤ ਹੋ ਉਹਨਾਂ ਨਾਲ? ਪਹਿਲਾਂ ਤਾਂ ਜੀ ਦੇਖੋ, ਗੱਲ ਇਹ ਆ ਕਿ ਜੇਕਰ ਆਪਾਂ ਕਿਸੇ ਦੇ ਉੱਤੇ ਇੱਕ ਭਾਸ਼ਾ ਥੋਪ ਰਹੇ ਹਾਂ, ਸਭ ਤੋਂ ਪਹਿਲੀ ਗੱਲ ਇਹ ਕਰਨਾ ਜਾਇਜ਼ ਨਹੀਂ ਆ। ਦੇਖੋ ਕਿ ਹਰੇਕ ਇਨਸਾਨ ਦੇ ਆਪਦੇ ਕੁਝ ਅਸੂਲ ਹੁੰਦੇ ਨੇ, ਬੋਲਣ ਦੇ ਨਾਲ ਹੀ ਉਹਦੀ ਪਛਾਣ ਹੁੰਦੀ ਆ। ਆਮ ਤੌਰ 'ਤੇ ਆਪਾਂ ਦੇਖਿਆ ਜਾਂਦਾ ਹੈ ਕਿ ਜਿੰਨਾ ਚਿਕਰ ਵੀ ਕੋਈ ਇਨਸਾਨ ਆਪਦੀ ਮਦਰ ਟੰਗ ਦੇ ਵਿੱਚ ਗੱਲ ਨਹੀਂ ਕਰਦਾ, ਪੰਜਾਬੀ 'ਚ ਨਹੀਂ ਬੋਲਦਾ, ਉਹਨਾਂ ਚਿਕਰ ਉਹਦੇ ਵਿਊਜ਼ ਉਹ ਕਿਵੇਂ ਕਿਸ
ਪੰਜਾਬੀ ਲੋਕਾਂ ਦੀ ਭਾਸ਼ਾ ਜੋ ਪੰਜਾਬੀ ਹੈ। ਹੁਣ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ, ਜੇਕਰ ਮੈਂ ਹੁਣ ਇਹੀ ਹਿੰਦੀ 'ਚ ਜਾਂ ਇੰਗਲਿਸ਼ 'ਚ ਗੱਲ ਕਰਾਂਗਾ ਅਤੇ ਉਹ ਮੇਰਾ ਤੁਹਾਡੇ ਨਾਲ ਗੱਲ ਕਿ ਤੁਸੀਂ ਨਹੀਂ ਦੱਸ ਨਹੀਂ ਦੱਸ ਸਕਾਂਗਾ। ਹਾਂ, ਅਤੇ ਇਸ ਕਰਕੇ ਮੈਂ ਕਹਿੰਦਾ ਹਾਂ ਕਿ ਆਪਦੇ ਵਿਊਜ਼ ਠੀਕ ਆ, ਤੁਸੀਂ ਆਪਦੇ ਦੱਸ ਰਹੇ ਹਾਂ ਕਿ ਪੰਜਾਬੀ ਨੂੰ ਨਹੀਂ ਹੋਣਾ ਚਾਹੀਦਾ ਹਿੰਦੀ ਨੂੰ, ਪਰ ਸਾਡੇ ਅਨੁਸਾਰ ਜੇਕਰ ਅਸੀਂ ਕਿਹਾ ਜਾਵੇ ਕਿ ਪੰਜਾਬੀ ਨੂੰ ਥੱਲੇ ਨਹੀਂ ਲਾਇਆ ਜਾ ਸਕਦਾ, ਪੰਜਾਬ ਦੇ ਜੇਕਰ ਆਪਾਂ ਹਾਲਾਤ ਦੇਖੇ ਜਾਣ, ਆਪਾਂ ਜਿਸ ਯੂਨੀਵਰਸਿਟੀ ਦੇ ਵਿੱਚ ਖਲੋਤੇ ਹਾਂ, ਮੈਨੂੰ ਸ਼ਰਮ ਦੇ ਨਾਲ ਕਹਿਣਾ ਪੈ ਰਿਹਾ ਕਿ ਅਸੀਂ ਇੱਥੇ ਵੀ ਹਰੇਕ ਫੋਰਮ ਦੇ ਉੱਤੇ ਇੰਗਲਿਸ਼ ਹੁੰਦੀ ਆ, ਅਸੀਂ ਪੰਜਾਬੀ ਦੇਖਣਾ ਚਾਹੁੰਦੇ ਹਾਂ ਕਿਉਂਕਿ ਪੰਜਾਬ ਨੇ ਆਪਦੀ ਧਰਤੀ ਦੇ ਉੱਤੇ ਇਸ ਯੂਨੀਵਰਸਿਟੀ ਨੂੰ ਸਾਜਿਆ ਹੈ ਅਤੇ ਇੱਥੋਂ ਹੀ ਪੰਜਾਬੀ ਗਾਇਬ ਆ। ਤੁਸੀਂ ਇੱਥੋਂ ਜੇਕਰ ਇਸ ਇੰਟਰਵਿਊ ਤੋਂ ਤੁਹਾਨੂੰ ਟਾਈਮ ਮਿਲੇ ਤੁਸੀਂ ਲਾਇਬ੍ਰੇਰੀ ਦੇ ਵਿੱਚ ਜਾ ਕੇ ਦੇਖੋ, ਉੱਥੇ ਜਿੰਨੀਆਂ ਵੀ ਕਿਤਾਬਾਂ ਪਈਆਂ ਨੇ ਉਹਦੇ ਵਿੱਚ ਸਾਡੇ ਡਿਪਾਰਟਮੈਂਟ, ਜਿਵੇਂ ਮੈਂ ਪੁਲਿਸ ਡਿਪਾਰਟਮੈਂਟ ਤੋਂ ਆਉਣਾ, ਸਾਡੇ ਡਿਪਾਰਟਮੈਂਟ ਦੀ ਇੰਗਲਿਸ਼ ਦੀਆਂ ਕਿਤਾਬਾਂ ਨੇ, ਪੰਜਾਬੀ ਕਿਤੇ ਨਹੀਂ ਦਿਖਦੀ। ਸੋ ਮੈਂ ਆਪ ਜੋ ਵੀ ਇਸ ਮਾਧਿਅਮ ਰਾਹੀਂ ਦੇਖ ਰਹੇ ਹੋ ਦੇਸ਼ ਵਿਦੇਸ਼ ਦੇ ਵੀਰਾਂ ਨੂੰ ਬੇਨਤੀ ਕਰਦਾ ਹਾਂ, ਆਪਾਂ ਨੂੰ ਸਭ ਨੂੰ ਇੱਕ ਮੰਚ ਦੇ ਉੱਤੇ ਇਕੱਠਾ ਹੋ ਕੇ ਇਸ ਸਿਧਾਂਤ ਦੇ ਉੱਤੇ ਲੜਨਾ ਚਾਹੀਦਾ, ਕਿਉਂਕਿ ਥੋੜ੍ਹੇ ਦਿਨ ਪਹਿਲਾਂ ਵੀ ਇਸ ਦੇ ਬਾਰੇ ਆਪਨੇ ਸੁਣਿਆ ਹੋਵੇਗਾ, ਇੱਕ ਬਹੁਤ ਲੰਮੀ ਬਹਿਸ ਛਿੜੀ ਸੀ ਪੰਜਾਬ ਹਿੰਦੀ ਨੇ ਇੱਕ ਇਨਸਾਨ ਨੇ ਕੋਈ ਸੀਗਾ, ਹਾਂ ਪਟਿਆਲੇ ਦੇ ਵਿੱਚ ਹੋਇਆ ਸੀ, ਮੇ ਬੀ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਪੰਜਾਬੀ ਕੋਈ ਲੈਂਗੁਏਜ ਨਹੀਂ ਹੈਗੀ, ਪਰ ਉਹਨੇ ਕਿਹਾ ਸੀ ਗਵਾਰਾਂ ਦੀ ਭਾਸ਼ਾ ਹੈ ਅਤੇ ਲੜਾਈ ਦੀ ਭਾਸ਼ਾ। ਹਾਂ, ਪਰ ਮੈਂ ਆਪ ਜੀ ਨੂੰ ਦੱਸਣਾ ਚਾਹੁੰਦਾ, ਜਿਹੜੇ ਤੁਸੀਂ ਗਵਾਰ ਦੱਸਦੇ ਹਾਂ ਉਹਨਾਂ ਦੇ ਸਿਰਾਂ ਦੇ ਉੱਤੇ ਅੱਜ ਪੰਜਾਬ ਨੂੰ ਅਸੀਂ ਆਜ਼ਾਦੀ ਦਵਾਈ ਆ, ਨਾ ਕਿ ਕਿਸੇ ਹੋਰ ਭਾਸ਼ਾ ਨੇ ਆ ਕੇ ਨਹੀਂ ਇਸ ਦੇਸ਼ ਨੂੰ ਆਜ਼ਾਦੀ ਦਵਾਈ। ਸੋ ਮੈਂ ਆਪ ਨੂੰ ਬੇਨਤੀ ਕਰਦਾ ਹਾਂ, ਆਪਣੇ ਐਕਸਕਿਊਜ਼ ਦੇਣੇ ਠੀਕ ਨੇ, ਪਰ ਇਸ ਕਿਸੇ ਦੀ ਵੀ ਮਾਤ ਭਾਸ਼ਾ ਨੂੰ ਦਬਾਉਣਾ ਠੀਕ ਗੱਲ ਨਹੀਂ ਆ। ਤੁਹਾਡਾ ਕੀ ਨਾਂ? ਕੁਸ਼ਲਦੀਪ ਸਿੰਘ। ਕੁਸ਼ਲ, ਤੁਹਾਨੂੰ ਕੀ ਲੱਗਦਾ ਹੈ ਕਿ ਜੋ ਗ੍ਰਹਿ ਮੰਤਰੀ ਕਹਿ ਰਹੇ ਨੇ ਕਿ ਭਾਸ਼ਾ ਹੋਣੀ ਚਾਹੀਦੀ ਹੈ, ਤੁਸੀਂ ਸਹਿਮਤ ਉਹਨਾਂ ਦੇ ਨਾਲ? ਜੇ ਸਹਿਮਤ ਹੋ ਤਾਂ ਕਿਉਂ, ਜੇ ਨਹੀਂ ਸਹਿਮਤ ਤਾਂ ਕਿਉਂ? ਨਹੀਂ ਸਰ, ਮੈਂ ਸਹਿਮਤ ਨਹੀਂ ਗਾ ਉਹਨਾਂ ਨਾਲ, ਕਿਉਂਕਿ ਆਪਣੀ ਡੈਮੋਕ੍ਰੇਸੀ ਹੈ, ਡੈਮੋਕ੍ਰੇਸੀ ਦੇ ਵਿੱਚ ਆਪਾਂ ਕਿਸੇ 'ਤੇ ਵੀ ਕੋਈ ਚੀਜ਼ ਥੋਪ ਨਹੀਂ ਸਕਦੇ, ਆਪਾਂ ਨੂੰ ਫਰੀਡਮ ਆਫ ਸਪੀਚ ਆ, ਆਪਣੀ ਮਰਜ਼ੀ ਆ ਕਿਹੜੀ ਭਾਸ਼ਾ 'ਚ ਆਪਾਂ ਆਪਦੇ ਆਪ ਨੂੰ ਕਰਨਾ ਚਾਹੁੰਦੇ ਹਾਂ। ਜੇ ਹੁਣ ਮੰਨ ਲਓ ਹਿੰਦੀ ਹੁੰਦੀ ਆ ਇਹ ਪੰਜਾਬ ਸਟੇਟ ਦੇ ਵਿੱਚ, ਜਿੱਥੇ ਕਿ ਆਪਾਂ ਨੂੰ ਜੋ ਹਿੰਦੀ ਆ ਬਹੁਤ ਘੱਟ ਸਿਖਾਈ ਜਾਂਦੀ ਆ, ਠੀਕ ਹੈ, ਹੁਣ ਜਿਵੇਂ ਇੰਗਲਿਸ਼ ਆ, ਹੈ ਨਾ, ਇੰਗਲਿਸ਼ ਕਰਕੇ ਵੀ ਲੋਕਾਂ ਨੂੰ ਬਹੁਤ ਪ੍ਰੋਬਲਮਸ ਆ ਰਹੀਆਂ ਨੇ। ਜੇ ਹੁਣ ਤੁਸੀਂ ਹਿੰਦੀ ਆਪਣਾ ਥੋਪ ਦੂੰਗੇ, ਜੋ ਆਪਣਾ ਇਲੀਟਰੇਟ ਪਰਸਨ ਆ ਉਹ ਕੀ ਕਰਨਗੇ? ਆਪਣੀ ਭਾਸ਼ਾ 'ਚ ਕੰਮ, ਹਾਂ, ਓਫੀਸ਼ੀਅਲ ਕੰਮ ਸਾਰਾ ਕੁਝ ਖੜ ਜੂਗਾ ਜੀ। ਹਿੰਦੀ ਤਾਂ ਸੰਗੋ ਅਸੀਂ ਨਹੀਂ ਪ੍ਰੋਫੀਸ਼ੀਐਂਟ, ਸਾਨੂੰ ਵੀ ਬੇਸਿਕ ਆਉਂਦੀ ਹੈ। ਜਦੋਂ ਪੜ੍ਹੇ ਲਿਖੇ ਨੌਜਵਾਨਾਂ ਨੂੰ ਦਿੱਕਤ ਆਉਂਦੀ ਹੈ ਤਾਂ ਜਿਹੜਾ ਹੋਰ ਅਨਪੜ੍ਹ ਆ ਉਹਨੂੰ ਵੱਡੀ ਵੱਡੀ ਪੱਧਰ 'ਤੇ ਦਿੱਕਤ ਆਏਗੀ। ਜੀ, ਤੁਹਾਡਾ ਕੀ ਨਾਮ ਹੈ? ਗਗਨਦੀਪ ਸਿੰਘ। ਗਗਨ, ਤੁਹਾਨੂੰ ਲੱਗਦਾ ਹੈ ਕਿ ਪੂਰੇ ਦੇਸ਼ ਦੀ ਨੂੰ ਇੱਕ ਭਾਸ਼ਾ ਦੀ ਲੋੜ ਹੈ, ਤੁਹਾਨੂੰ ਲੱਗਦਾ ਹੈ ਕਿ ਹਰੇਕ ਸੂਬੇ ਦੀ ਆਪਣੀ ਭਾਸ਼ਾ ਹੈ, ਉਹਦੀ ਆਪਣੀ ਵਿਲੱਖਣਤਾ ਹੈ, ਉੱਥੇ ਉਹੀ ਭਾਸ਼ਾ ਲਾਗੂ ਰਹਿਣੀ ਚਾਹੀਦੀ ਹੈ, ਕੋਈ ਭਾਸ਼ਾ ਥੋਪੀ ਨਹੀਂ ਜਾਣੀ ਚਾਹੀਦੀ? ਮੈਂ ਇਸ ਚੀਜ਼ ਨਾਲ ਬਿਲਕੁਲ ਨਹੀਂ ਸਹਿਮਤ ਜੀ, ਕਿਉਂਕਿ ਅਸੀਂ ਸਾਡਾ ਆਪਦਾ ਪਰਸਨਲ ਆਇਡੈਂਟੀਟੀ ਆ, ਅਸੀਂ ਪੰਜਾਬ ਨੂੰ ਬਿਲੋਂਗ ਕਰਦੇ ਹਾਂ, ਸਾਡੀ ਪੰਜਾਬੀ ਮਾਂ ਭਾਸ਼ਾ। ਇੱਥੇ ਬਹੁਤ ਲੋਕ ਅਨਪੜ੍ਹ ਨੇ ਜੀ, ਬਹੁਤ ਲੋਕ ਪੜ੍ਹੇ ਲਿਖੇ ਨੇ। ਮੰਨ ਲਓ ਆਪਾਂ ਕਿਤੇ ਵੀ ਕੋਈ ਕੰਮ ਲਈ ਜਾਣਾ, ਸਰਕਾਰੀ ਕੰਮ ਲਈ ਜਾਣਾ, ਉੱਥੇ ਫੋਰਮ ਆਪਾਂ ਪੰਜਾਬੀ 'ਚ, ਜਿਹਨੂੰ ਪੰਜਾਬੀ ਆਉਂਦੀ ਹੈ, ਪੰਜਾਬੀ 'ਚ ਫਿਲ ਕਰਾਂਗੇ। ਜੇ ਉੱਥੇ ਮੰਨ ਲਓ ਉਹੀ ਫੋਰਮ ਹਿੰਦੀ 'ਚ ਆ ਜਾਣਗੇ, ਇੰਗਲਿਸ਼ 'ਚ ਆ ਜਾਣਗੇ, ਉੱਥੇ ਕਿੰਨੀ ਦਿੱਕਤ ਹੋਏਗੀ? ਜਾਂ ਹੋਰ ਚੀਜ਼ਾਂ ਲਾ ਲਓ, ਮੰਨ ਲਓ ਇਹਦੇ ਨਾਲ ਮਿਸਅੰਡਰਸਟੈਂਡਿੰਗਸ ਕਿੰਨੀਆਂ ਹੋਣਗੀਆਂ। ਕਮਿਊਨੀਕੇਸ਼ਨ ਵੇ ਨਾਲ ਅਗਰ ਆਪਾਂ ਕਿਸੇ ਅਫੀਸ਼ੀਅਲ ਨੂੰ ਮਿਲਦੇ ਹਾਂ, ਆਪਾਂ ਉਹਦੇ ਨਾਲ ਗੱਲਬਾਤ ਕਰਦੇ ਹਾਂ, ਤਾਂ ਉਹਨੂੰ ਹਿੰਦੀ, ਇੱਕ ਮੰਨ ਲਓ ਪੰਜਾਬੀ ਬੰਦਾ ਪੰਜਾਬੀ ਪਿਛੋਕੜ ਨੂੰ ਬਿਲੋਂਗ ਕਰਨ ਵਾਲਾ, ਉਹ ਹਿੰਦੀ ਜਾਂ ਇੰਗਲਿਸ਼ 'ਚ ਗੱਲ ਨਹੀਂ ਕਰ ਸਕਦਾ ਜੋ ਪੜ੍ਹਿਆ ਲਿਖਿਆ ਨਹੀਂ ਆ। ਤਾਂ ਇਸ ਕਰਕੇ ਜੋ ਆਪਣੀ ਪੰਜਾਬ ਦੀ ਪੰਜਾਬੀ ਮਾਂ ਬੋਲੀ ਆ ਉਸਨੂੰ ਉਵੇਂ ਹੀ ਰਹਿਣ ਦਿੱਤਾ ਜਾਵੇ। ਅੱਛਾ, ਮੈਂ ਤੁਹਾਡੇ ਸਾਰਿਆਂ ਕੋਲ ਇੱਕ ਛੋਟਾ ਜਿਹਾ ਸਵਾਲ ਹੈ, ਮੈਂ ਚਾਹੂੰਗਾ ਜਲਦੀ ਨਾਲ ਜਵਾਬ ਦਿਓ। ਪੰਜਾਬੀ ਨੂੰ ਲੈ ਕੇ ਗੱਲ ਕਹੀ ਜਾਂਦੀ ਹੈ ਕਿ ਪੰਜਾਬੀ ਜਿਹੜੀ ਆ ਰੁਜ਼ਗਾਰ ਦੀ ਭਾਸ਼ਾ ਨਹੀਂ ਹੈਗੀ, ਇਸ ਕਰਕੇ ਪੰਜਾਬੀ ਦੇ ਸਾਹਮਣੇ ਸਭ ਤੋਂ ਬੜੀ ਚੁਣੌਤੀ ਹੈ। ਤੁਹਾਨੂੰ ਲੱਗਦਾ ਹੈ ਕਿ ਇਹ ਦਿੱਕਤ ਹੈ ਕਿ ਪੰਜਾਬੀ ਰੁਜ਼ਗਾਰ ਦੀ ਭਾਸ਼ਾ ਨਹੀਂ? ਦੇਖੋ ਜੀ, ਹਰੇਕ ਇਨਸਾਨ ਦੇ ਆਪਣੇ ਵਿਊਜ਼ ਨੇ, ਆਪਦੇ ਉਹਨਾਂ ਦੇ ਦਿਮਾਗ ਦੀ ਸੋਚਣੀ ਆ, ਪਰ ਦੇਖਿਆ ਜਾਵੇ ਕਿ ਪੰਜਾਬ ਦੇ ਵਿੱਚ ਪਿਛਲੇ ਕੁਝ ਸਮਿਆਂ ਤੋਂ, ਜਦੋਂ ਕਿ ਆਜ਼ਾਦੀ ਤੋਂ ਬਾਅਦ ਦੀ ਗੱਲ ਕਰ ਲਈਏ, ਜਿੰਨੇ ਵੀ ਪੰਜਾਬ ਦੇ ਵਿੱਚ ਜਾਂ ਹੋਰ ਕਿਸੇ ਸੂਬਿਆਂ ਦੇ ਵਿੱਚ ਕੰਮ ਹੁੰਦੇ ਸੀ ਉਹ ਪੰਜਾਬੀ ਦੇ ਮਾਧਿਅਮ ਰਾਹੀਂ ਹੁੰਦੇ ਸੀਗੇ, ਪਰ ਹੁਣ ਦੇਖਿਆ ਜਾਵੇ ਕਿ ਆਪਾਂ ਕਿਸੇ ਵੀ ਤੁਸੀਂ ਡਿਪਾਰਟਮੈਂਟ ਦੇ ਵਿੱਚ ਚਲੇ ਜਾਵੋ, ਉਹ ਸਭ ਤੋਂ ਪਹਿਲਾਂ ਹਰੇਕ ਦੀ ਸੋਚਣੀ ਆ। ਆਪਾਂ ਜਿੰਨੇ ਖਲੋਤੇ ਹਾਂ, ਆਪਾਂ ਯੂਨੀਵਰਸਿਟੀ ਜਾਂ ਤੁਸੀਂ ਦੇਖੋ, ਪੁੱਛਣਾ ਕਰੋ ਕਿਸੇ ਨੂੰ ਵੀ, ਸਭ ਆਪਦੇ ਸਟੈਂਡਰਡ ਨੂੰ ਬਣਾਉਣ ਦੇ ਖਾਤਰ ਇੰਗਲਿਸ਼ 'ਚ ਗੱਲ ਕਰਦੇ ਆ। ਅਤੇ ਮੈਂ ਇੱਕ ਸੋਸ਼ਲ ਮੀਡੀਆ 'ਤੇ ਇੱਕ ਪੋਸਟ ਪੜ੍ਹੀ ਸੀ, ਉਸ ਵੀਰ ਨੇ ਬਹੁਤ ਸੁੰਦਰ ਲਿਖਿਆ ਸੀ, ਕਹਿੰਦਾ ਸੀਗਾ ਕਿ ਕਦੇ ਵੀ ਇਨਸਾਨ ਇਹ ਨਹੀਂ ਹੁੰਦਾ ਜਿਹੜਾ ਇੰਗਲਿਸ਼ ਬੋਲਦਾ ਹੋਵੇ ਉਹ ਸੂਝਵਾਨ ਹੀ ਹੋਵੇ, ਇਹ ਜ਼ਰੂਰੀ ਨਹੀਂ ਹੁੰਦਾ। ਕਹਿੰਦਾ ਜੇ ਇਹੀ ਗੱਲ ਸੀ ਤਾਂ ਫਿਰ ਅੱਜ ਅਮਰੀਕਾ ਕਨੇਡਾ ਵਾਲੇ ਸਭ ਤੋਂ ਵੱਧ ਸੂਝਵਾਨ ਹੁੰਦੇ, ਅਤੇ ਕਹਿੰਦੇ ਇਹੋ ਜਿਹੀ ਗੱਲ ਨਹੀਂ ਹੁੰਦੀ। ਜਿਨ੍ਹਾਂ ਦੀ ਮਾਤ ਭਾਸ਼ਾ ਜਿਉਂਦੀ ਆ, ਜਿਨ੍ਹਾਂ ਦੇ ਜੜ੍ਹਾਂ ਜਿਉਂਦੀਆਂ ਨੇ, ਉਹ ਇਨਸਾਨ ਹਮੇਸ਼ਾ ਆਪਦੇ ਖੇਤਰ ਦੇ ਵਿੱਚ ਆਪਦੀ ਅਲੱਗ ਪਛਾਣ ਬਣਾਉਂਦੇ ਨੇ। ਕੋਈ ਵੀ ਇਨਸਾਨ ਕਿਸੇ 'ਤੇ ਉੱਠ ਕੇ ਇਹ ਨਹੀਂ
ਅਸੀਂ ਤਾਂ ਇਹੀ ਸਾਡੇ ਵਿਚਾਰ ਨੇ ਕਿ ਅਸੀਂ ਆਪਦੀ ਮਾਤ ਭਾਸ਼ਾ ਨੂੰ ਜਿਉਂਦੇ ਰੱਖਣਾ ਚਾਹੁੰਦੇ ਹਾਂ, ਅਸੀਂ ਕਦੀ ਵੀ ਕਿਸੇ ਦੀ ਭਾਸ਼ਾ ਦੇ ਮੁਤਾਜ ਨਹੀਂ ਹੋਵਾਂਗੇ। ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ। ਸੋ ਇਹ ਗੱਲਬਾਤ ਅਸੀਂ ਕੀਤੀ ਹੈ ਜੀ ਨੌਜਵਾਨਾਂ ਦੇ ਨਾਲ। ਸਵਾਲ ਸਾਡੇ ਇਹੀ ਸੀ ਕੁਝ ਜੁੜੇ ਹੋਏ ਕਿ ਗ੍ਰਹਿ ਮੰਤਰੀ ਜਦੋਂ ਦੇਸ਼ ਦੇ ਕਹਿੰਦੇ ਨੇ ਕਿ ਇੱਕ ਭਾਸ਼ਾ ਹੋਣੀ ਚਾਹੀਦੀ ਹੈ ਤਾਂ ਉਹਦਾ ਅਸਰ ਕੀ ਹੋਏਗਾ, ਨੌਜਵਾਨ ਕੀ ਗ੍ਰਹਿ ਮੰਤਰੀ ਦੇ ਇਸ ਬਿਆਨ ਦੇ ਨਾਲ ਸਹਿਮਤ ਨੇ? ਹਾਲਾਂਕਿ ਬਾਅਦ ਵਿੱਚ ਗ੍ਰਹਿ ਮੰਤਰੀ ਨੇ ਵੀ ਸਫਾਈ ਦਿੱਤੀ ਕਿ ਉਹਨਾਂ ਦਾ ਜੋ ਬਿਆਨ ਸੀ ਉਹਨੂੰ ਸਹੀ ਤਰੀਕੇ ਨਾਲ ਪੇਸ਼ ਨਹੀਂ ਕੀਤਾ ਗਿਆ, ਉਹਨਾਂ ਨੇ ਬਾਕੀ ਭਾਸ਼ਾਵਾਂ ਦੀ ਵੀ ਗੱਲਬਾਤ ਕੀਤੀ ਸੀ। ਸੋ ਫਿਲਹਾਲ ਅੱਜ ਅਸੀਂ ਨੌਜਵਾਨਾਂ ਦੇ ਨਾਲ ਗੱਲਬਾਤ ਕੀਤੀ ਹੈ, ਅੱਗੇ ਕਿਸੇ ਹੋਰ ਮਸਲੇ ਦੇ ਉੱਤੇ ਕਿਸੇ ਨਵੇਂ ਸਵਾਲ ਦੇ ਉੱਤੇ ਮੁੜ ਤੋਂ ਤੁਹਾਡੇ ਸਾਹਮਣੇ ਹਾਜ਼ਰ ਹੋਵਾਂਗੇ। ਫਿਲਹਾਲ ਅੱਜ ਦੇ ਪੰਜਾਬ ਬੋਲਦਾ ਚੈਨਲ ਧੰਨਵਾਦ।